अष्टम बलबीरा बाला प्रीतम सतगुरु गुरु हर कृष्ण साहिब महाराज जी दी पावन स्पर्शता नाल निवाजिया हुआ अस्थान गुरुद्वारा श्री बंगला साहिब जी विखे सतगुरु जी दे अमृत बचन आशा की वार दा आप जी कीर्तन सरवण कर रहे सी जो हजूर दे इस पावन पवित्र अस्थान ते लड़ीवार गुरु शब्द दी विचार चल रही है उस लड़ी दे अधीन सतगुरु गुरु अमरदास जी महाराज हजूर दी अमृत रचना तो उचारण किते हुए राग सूही दे अंदर जो अमृत बोल ने शंत रूप अंदर अज हजूर दे इस शब्द दे पहले पदे दा पाठ अति सन्मान योग ज्ञानी हरनाम सिंह जी तो आप जी ने श्रवण किया है। आओ निर्धारित समय अंदर रह के इस अमृत पदे दी बचन दी शब्द दी विचार आपां कर सकीए। अज दे इस शब्द दी विचार दा मरकज धुरा जा केंद्र एक है कि इस संसार विच जुग कोई भी होवे समा कोई भी होवे ओ सतयुग त्रेता द्वापर कलयुग कोई भी वक्त होवे सतगुरु तो बिना
ਪਾਰ ਬ੍ਰਹਮ ਪਰਮੇਸ਼ਵਰ ਦਾ ਮਿਲਾਪ ਨਹੀਂ ਹੋ ਸਕਦਾ। ਦੂਸਰਾ ਬਚਨ, ਬਾਕੀ ਜਿਤਨੇ ਰਾਜ ਭਾਗ ਸਲਤਨਤ ਮਿਲਦੀ ਹੈ, ਵਕਤ ਆਉਂਦਾ ਹੈ ਕਿ ਸਭ ਕੁਛ ਚਲਾ ਜਾਂਦਾ ਹੈ, ਪਰ ਪਰਮਾਤਮਾ ਦਾ ਰਾਜ, ਪਰਮਾਤਮਾ ਦਾ ਆਪਣਾ ਵਿਧਾਨ, ਉਹ ਕਦੀ ਵੀ ਕੋਈ ਉਸ ਨੂੰ ਨਾ ਕੋਈ ਖੋ ਸਕਦਾ ਹੈ ਅਤੇ ਨਾ ਉਹ ਖਤਮ ਹੋ ਸਕਦਾ ਹੈ। ਆਓ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਅੰਦਰ ਹਾਜ਼ਰ ਹੋ, ਬਖਸ਼ੋ ਆਸੀਸ ਪਿਆਰ ਅਦਬ ਨਾਲ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਰਹਿਮਤ ਦੀ ਜਾਚਨਾ ਕਰੀਏ। ਸਤਿਗੁਰੂ, ਅਸੀਂ ਨਿਰਬਲ ਹਾਂ, ਗਿਆਨ ਦੇ ਚਕਸ਼ੂ ਤੋਂ ਵਿਖੂਣੇ ਹਾਂ, ਕਿਰਪਾ ਕਰਕੇ ਆਪਣੀ ਰਹਿਮਤ ਭਰੀ ਨਿਗਾਹ ਦੀ ਛੜੀ ਸੀਸ ਉੱਪਰ ਰੱਖ ਕੇ ਆਪ ਹੀ ਗੁਰੂ ਸ਼ਬਦ ਵਿਚਾਰ ਕਰਾ ਲਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸ਼ੰਤ ਦੀ ਪ੍ਰਾਰੰਭਤਾ ਵਿੱਚ ਪਹਿਲੇ ਪਦੇ ਵਿੱਚ, ਪਹਿਲੀ ਤੁਕ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਅਖਰੀ ਅਰਥ ਨੇ ਜੁਗ ਚਾਰੇ, ਸਮਾਂ ਕਿਸੇ ਵੀ ਯੁੱਗ ਦਾ ਹੋਵੇ, ਚਾਰੇ ਯੁੱਗਾਂ ਦੇ ਸਮੇਂ ਅੰਦਰ ਧਨ ਜੇ ਭਵੈ, ਧਨ ਦਾ ਅਰਥ ਇੱਥੇ ਕਰਾਂਗੇ ਜੀਵ ਇਸਤਰੀ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਧਨ ਲਫਜ਼ ਦੇ ਅਰਥ, ਮਹਾਰਾਜ ਜੀ ਨੇ ਧਨ ਸ਼ਬਦ ਦੀ ਵਰਤੋਂ ਬਹੁ ਅਰਥਾਂ ਵਿੱਚ ਵੀ ਲਈ ਹੈ। ਜਿਵੇਂ ਧਨ ਦਾ ਅਰਥ ਸੰਸਾਰ ਦੀ ਦੌਲਤ ਹੈ, ਧਨ ਦਾ ਅਰਥ ਪਰਮਾਤਮਾ ਦਾ ਨਾਮ ਹੈ, ਧਨ ਦਾ ਅਰਥ ਸਾਡਾ ਸਰੀਰ ਹੈ, ਧਨ ਦਾ ਅਰਥ ਇੱਕ ਪਤਨੀ ਹੈ, ਤੇ ਧਨ ਦਾ ਅਰਥ ਸ਼ਾਬਾਸ਼ ਵੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ 'ਚ ਜਦੋਂ ਅਸੀਂ ਇਹ ਪਾਠ ਕਰਨੇ ਹਾਂ ਕਿ ਕਾਚਾ ਧਨ ਸੰਚੈ ਮੂਰਖ ਗਾਵਾਰ, ਉੱਥੇ ਧਨ ਦਾ ਅਰਥ ਹੈ ਸੰਸਾਰ ਦਾ ਬਿਨਸਣ ਵਾਲਾ ਧਨ। ਹਜ਼ੂਰ ਦੀ ਬਾਣੀ 'ਚ ਜਦੋਂ ਇਸ ਪਵਿੱਤਰ ਸ਼ਬਦ ਨੂੰ ਪੜ੍ਹਦੇ ਹਾਂ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਹੈ ਪਰਮੇਸ਼ਵਰ ਦਾ ਨਾਮ। ਜਦੋਂ ਸਤਿਗੁਰੂ ਦੇ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ, ਧਨ ਕਹਿ ਤੂੰ ਵਸ ਮੈਂ ਨਾਲੇ, ਉੱਥੇ ਧਨ ਦਾ ਅਰਥ ਹੈ ਕਾਇਆ, ਸਰੀਰ, ਸਾਡੀ ਬੋਡੀ। ਜਦੋਂ ਬਾਣੀ ਵਿੱਚ ਇਹ ਪੜ੍ਹਨੇ ਕਾ ਧਨ ਪਿਰ ਇਹ ਨਾ ਆਖੀਅਨ, ਉੱਥੇ ਧਨ ਦਾ ਅਰਥ ਹੈ ਇਸਤਰੀ, ਪਤਨੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਇਹ ਪਾਠ ਕਰਨੇ ਕਾ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰਸੋਈ, ਉੱਥੇ ਧਨ ਦਾ ਅਰਥ ਉਪਮਾ, ਵਡਿਆਈ ਜਾਂ ਸ਼ਾਬਾਸ਼ ਕਰਨਾ। ਮੈਂ ਬੇਨਤੀ ਕਰ ਰਿਹਾ ਕਿ ਜਿਹੜਾ ਇੱਥੇ ਅੱਜ ਲਫਜ਼ ਸ਼ਬਦ ਧਨ ਆਇਆ ਹੈ, ਇਹਦਾ ਅਰਥ ਹੈ ਜੀਵ ਇਸਤਰੀ। ਥੋੜ੍ਹੇ ਜਿਹਾ ਹੋਰ ਸਰਲ ਅਰਥ ਕਰ ਲਈਏ ਤੇ ਇਹਦਾ ਅਰਥ ਹੈ ਇਨਸਾਨ, ਮਨੁੱਖ। ਉਹ ਚੋਲਾ ਭਾਵੇਂ ਮਰਦਾਵਾਂ ਹੈ ਤੇ ਉਹ ਚੋਲਾ ਪਰਮਾਤਮਾ ਨੇ ਸਰੀਰ ਭਾਵੇਂ ਇਸਤਰੀ ਰੂਪ ਦਿੱਤਾ ਹੈ। ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇ ਘਰ ਦਾ ਇਹ ਵਿਧਾਨ ਹੈ ਕਿ ਸਮਾਂ ਕੋਈ ਵੀ ਹੋਵੇ, ਯੁੱਗ ਕੋਈ ਵੀ ਹੋਵੇ, ਪਰ ਸੱਚ ਇਹ ਵੇ
ਕਿ ਜੇ ਇੱਕ ਇਸਤਰੀ ਚਾਰ ਯੁੱਗਾਂ ਵਿੱਚ ਕਿਸੇ ਯੁੱਗ ਵਿੱਚ ਵੀ ਪੈਦਾਇਸ਼ ਹੋਦੀ ਹੁੰਦੀ ਹੈ ਬਿਨ ਸਤਿਗੁਰ ਸੁਹਾਗ, ਸੁਹਾਗ ਦਾ ਅਰਥ ਹੈ ਪਤੀ ਦਾ ਮਿਲਾਪ, ਸਤਿਗੁਰੂ ਤੋਂ ਬਿਨਾਂ, ਗੁਰਦੇਵ ਤੋਂ ਬਿਨਾਂ ਉਸ ਪਰਿਪੂਰਨ ਪਰਮਾਤਮਾ ਨਾਲ ਮਿਲਾਪ ਹੋ ਹੀ ਨਹੀਂ ਸਕਦਾ। ਬੇਨਤੀ ਕਰਾਂਗਾ ਇਸ ਪਹਿਲੀ ਤੁਕ ਦੇ ਆਧਾਰਿਤ ਹੀ ਅਸੀਂ ਵਿਚਾਰ ਦਾ ਥੋੜ੍ਹਾ ਜਿਹਾ ਵਿਸਤਾਰ ਕਰ ਲਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਹਾਂ ਤੇ ਦਾਸ ਕਈ ਵਾਰੀ ਇੱਕ ਬੇਨਤੀ ਕਰਦਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅੰਦਰ 524 ਵਾਰ ਦੇ ਕਰੀਬ ਸਤਿਗੁਰੂ ਨੇ ਇੱਕ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੇ ਛੋਟੇ ਭਰਾਤਾ ਡਾਕਟਰ ਬਲਬੀਰ ਸਿੰਘ ਜੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਲਿਖਣਾ ਪ੍ਰਾਰੰਭ ਕੀਤਾ ਸੀ, ਪਰ ਪਰਮਾਤਮਾ ਦੀ ਰਜ਼ਾ ਉਹ ਉਸ ਨਿਰੁਕਤ ਨੂੰ ਮੁਕੰਮਲ ਨਹੀਂ ਕਰ ਸਕੇ ਤੇ ਚਲਾਣਾ ਕਰ ਗਏ। ਪਰ ਉਹਨਾਂ ਨੇ ਨਿਰੁਕਤ ਦੀ ਪਹਿਲੀ ਪੋਥੀ ਦੀ ਭੂਮਿਕਾ ਵਿੱਚ ਇੱਕ ਬੜੀ ਸੋਹਣੀ ਘਟਨਾ ਦਿੱਤੀ ਹੈ। ਮੇਰੀ ਸਿਰਫ ਬੇਨਤੀ ਹੈ ਕਿ ਅੱਜ ਦੇ ਇਸ ਪਦੇ ਦੇ ਸ਼ਬਦ ਅਰਥ ਔਰ ਇਸ ਦੇ ਵਿੱਚ ਜੋ ਦਾਤਾਰ ਨੇ ਸਾਨੂੰ ਸਿਧਾਂਤ ਦਿੱਤਾ ਹੈ ਉਸ ਦੀ ਆਪਾਂ ਵਿਚਾਰ ਕਰ ਸਕੀ। ਨਿਰੁਕਤ ਦੇ ਆਰੰਭ ਵਿੱਚ ਡਾਕਟਰ ਬਲਬੀਰ ਸਿੰਘ ਲਿਖਦੇ ਨੇ ਕਿ ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਗੁਰਸਿੱਖਾਂ ਨੂੰ ਇੱਕ ਪ੍ਰਸ਼ਨ ਪੁੱਛਦੇ ਨੇ। ਗੁਰਸਿੱਖ ਸਾਰੇ ਇਕੱਠੇ ਨੇ ਤੇ ਮਹਾਰਾਜ ਇੱਕ ਪ੍ਰਸ਼ਨ ਪੁੱਛਦੇ ਨੇ ਕਿ ਕੋਈ ਐਸਾ ਗੁਰੂ ਕਾ ਲਾਲ, ਕੋਈ ਐਸਾ ਗੁਰੂ ਕਾ ਸਿੱਖ, ਅਸੀਂ ਆਪਣੇ ਚਰਨ ਆਪਣੇ ਪੈਰ ਘੋੜੇ ਦੀ ਰਕਾਬ ਵਿੱਚ ਰੱਖੀਏ। ਰਕਾਬ ਸ਼ਬਦ ਵੀ ਬੜਾ ਪੁਰਾਣਾ ਹੈ, ਜਿਵੇਂ ਦੇਖੋ ਰਕਾਬ ਗਾਂਝਾ ਆਪਾਂ ਸ਼ਬਦ ਵਰਤਨੇ, ਘੋੜੇ ਦੀ ਰਕਾਬ ਇਹਦਾ ਮਤਲਬ ਕਿ ਜਿਸ ਅਸਥਾਨ ਤੇ ਇਨਸਾਨ ਆਪਣੇ ਪੈਰ ਰੱਖਦਾ ਸੀ ਘੋੜੇ ਤੇ ਚੜਿਆ, ਅਸੀਂ ਘੋੜੇ ਦੀ ਰਕਾਬ ਵਿੱਚ ਆਪਣਾ ਪੈਰ ਰੱਖੀਏ ਤੇ ਇਤਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਕੇ ਅਰਥ ਕਰੇ, ਇੰਨੇ ਵਕਤ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਕੇ ਸੁਣਾਏ। ਹੁਣ ਸਿੱਖਾਂ ਨੇ ਬਚਨ ਸੁਣਿਆ ਤੇ ਕੁਛ ਸੋਚੀ ਪੈ ਗਏ ਕਿ ਮਹਾਰਾਜ ਇਹ ਕਿਹੋ ਜਿਹਾ ਅਦਭੁਤ ਸਵਾਲ, ਅੱਜ ਕਿਹੋ ਜਿਹਾ ਹੈਰਾਨੀ ਜਨਕ ਪ੍ਰਸ਼ਨ ਮਹਾਰਾਜ ਜੀ ਨੇ ਕਰ ਦਿੱਤਾ। ਘੋੜੇ ਦੀ ਰਕਾਬ ਵਿੱਚ ਪੈਰ ਰੱਖਦਿਆਂ ਕਿਤਨਾ ਕੁ ਵਕਤ ਲੱਗਦਾ ਤੇ ਇੰਨੇ ਸਮੇਂ ਅੰਦਰ ਗੁਰੂ ਗ੍ਰੰਥ ਸਾਹਿਬ ਕੇ ਅਰਥ ਕਰੇ। ਜਦੋਂ ਸਿੱਖ ਸੁਣ ਕੇ ਖਾਮੋਸ਼ ਹੋਏ, ਕਹਿੰਦੇ ਨੇ ਉਸ ਵਕਤ ਇੱਕ ਭਾਵਨਾ ਵਾਲਾ ਸੇਵਾਦਾਰ ਗੁਰੂ ਦਰਬਾਰ ਵਿੱਚ ਆਸਥਾ ਰੱਖ ਕੇ ਦਿਨ ਰਾਤ ਆਪਣੇ ਆਪ ਨੂੰ ਮਿਟਾ ਕੇ ਸੇਵਾ ਕਰਨ ਵਾਲਾ, ਉਹਨੇ ਹਜ਼ੂਰ ਦੇ ਸਨਮੁਖ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਅਗਰ ਆਪ ਜੀ ਬਖਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਕੇ ਅਰਥ ਕਰਾਂ। ਹਜ਼ੂਰ ਨੇ ਕਿਹਾ ਸਿੱਖਾਂ ਹਾਂ, ਉਸ ਵਕਤ ਸਾਰੇ ਹੈਰਾਨ ਸਨ ਕਿ ਨਾ ਤਾਂ ਇਹ ਕੋਈ ਗ੍ਰੰਥ ਪੜ੍ਹਦਾ ਇਹਨੂੰ ਦੇਖਿਆ, ਨਾ ਇਸ ਬੰਦੇ ਦੀ ਕਦੀ ਵਿਦਵਾਨਾਂ ਦੇ ਵਿੱਚ ਗਿਣਤੀ ਹੋਈ, ਪਰ ਇਹ ਇਨਸਾਨ ਅੱਗੇ ਆ ਕੇ ਕਹਿ ਰਿਹਾ ਮੈਂ ਅਰਥ ਕਰਾਂ, ਜੇ ਆਪ ਕਿਰਪਾ ਕਰੋ ਤਾਂ। ਸਤਿਗੁਰੂ ਨੇ ਘੋੜੇ ਦੀ ਰਕਾਬ ਵਿੱਚ ਜਿਉਂ ਹੀ ਆਪਣਾ ਚਰਨ ਟਿਕਾਇਆ ਤੇ ਉਹ ਸਿੱਖ ਬੋਲ ਉੱਠਿਆ, ਮਹਾਰਾਜ ਗੁਰੂ ਗ੍ਰੰਥ ਸਾਹਿਬ ਕਾ ਅਰਥ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿੱਖ ਸਾਰੇ ਸੋਚੀ ਪੈ ਗਏ। ਮਹਾਰਾਜ ਜੀ ਨੇ ਸੁਣਿਆ ਤੇ ਤਿੰਨ ਸ਼ਬਦ ਕਹਿ ਸਿੱਖਾ ਨਿਖਾਲ ਨਿਖਾਲ ਨਿਖਾਲ। ਨਾਲ ਦੇ ਗੁਰਸਿੱਖਾਂ ਨੇ ਕਿਹਾ ਮਹਾਰਾਜ ਗ੍ਰੰਥ ਸਾਹਿਬ ਤੋਂ ਇਤਨਾ ਪੜ੍ਹਾ, ਉੱਥੇ ਸ਼ਬਦਾਵਲੀ ਇਹੀ ਲਿਖੀ ਕਿ ਮਹਾਰਾਜ ਸਿੱਖ ਨੇ ਤਾਂ ਸਿਰਫ ਕਿਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗ੍ਰੰਥ ਸਾਹਿਬ ਤੋਂ ਇਤਨਾ ਪੜ੍ਹਾ। ਤੇ ਮਹਾਰਾਜ ਜੀ ਨੇ ਅੱਗੇ ਮੁਸਕਰਾ ਕੇ ਕਿਹਾ ਗੁਰਸਿੱਖੋ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤੱਤ ਪੇ ਭਾਵ ਏਵੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਿਪੂਰਨ ਪਰਮਾਤਮਾ ਇੱਕ ਹੈ, ਇੱਕ ਰਸ ਹੈ, ਸਰਬ ਵਿਆਪਕ ਹੈ, ਉਸ ਜੈਸਾ ਕੋਈ ਨਹੀਂ ਤੇ ਐਸੇ ਅਦੁੱਤੀ ਪਰਮਾਤਮਾ ਨਾਲ ਮਿਲਣ ਦਾ ਵਸੀਲਾ ਕੇਵਲ ਤਾਂ ਕੇਵਲ ਸਤਿਗੁਰ ਪ੍ਰਸਾਦ ਹੈ। ਪ੍ਰਸਾਦ ਦਾ ਅਰਥ ਹੈ ਕਿਰਪਾ, ਅਨਗਰੋ ਗ੍ਰੇਸ। ਕਹਿੰਦੇ ਨੇ ਕੇਵਲ ਤਾਂ ਕੇਵਲ ਸਤਿਗੁਰੂ ਕੀ ਕਿਰਪਾ ਹੀ ਉਸ ਇੱਕ ਦੇ ਨਾਲ ਮਿਲਾ ਸਕਦੀ ਹੈ।
ਮੈਂ ਤਾਂ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ 524 ਵਾਰ ਮਹਾਰਾਜ ਜੀ ਦਾ ਇਹ ਮੰਗਲ ਕਿ ਪਰਮਾਤਮਾ ਇੱਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸੈਂਕੜੇ ਵਾਰੀ ਹਜ਼ੂਰ ਦਾ ਚੇਤੇ ਕਰਾਉਣ ਦਾ ਮਕਸਦ ਇਹਨੋ ਇਹ ਕਿ ਬਾਣੀ ਪੜ੍ਹਨ ਵਾਲੇ ਗੁਰਸਿੱਖਾ, ਪਾਠ ਕਰਨ ਵਾਲੇ ਮਨੁੱਖਾ, ਸ਼ਬਦ ਦੀ ਵਿਚਾਰ ਕਰਨ ਵਾਲੇ ਵਿਚਾਰਵਾਨਾਂ, ਇਸ ਗੱਲ ਨੂੰ ਬਾਣੀ ਵਿੱਚ ਥਾਂ ਪੁਰ ਥਾਂ ਤਾਂ ਦਰਜ ਕੀਤਾ ਹੈ, ਕਦੀ ਤੂੰ ਜ਼ਿੰਦਗੀ 'ਚ ਭੁੱਲ ਨਾ ਜਾਈਂ ਕਿ ਇੱਕ ਓਅੰਕਾਰ ਦੀ ਪ੍ਰਾਪਤੀ ਕੇਵਲ ਸਤਿਗੁਰੂ ਕੀ ਕਿਰਪਾ ਨਾਲ ਹੁੰਦੀ ਹੈ। ਮੈਂ ਬੇਨਤੀ ਜਿਹੜੀ ਇਸ ਤੋਂ ਅੱਗੇ ਕਰ ਲੱਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਹੋਰ ਬਚਨ ਕਹੇ। ਹੁਣ ਕਈ ਵਾਰੀ ਇਨਸਾਨ ਉਤਾਵਲਾ ਹੋ ਕੇ ਕਹਿੰਦਾ ਕਿ ਕਰਨੀ ਤਾਂ ਪਰਮਾਤਮਾ ਦੀ ਭਗਤੀ ਹੈ ਨਾ, ਅਤੇ ਗੁਰੂ ਦੀ ਕੀ ਲੋੜ ਹੈ, ਗੁਰੂ ਕੋਲ ਜਾਣ ਦੀ ਕੀ ਜ਼ਰੂਰਤ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫੈਸਲਾ ਕੀਤਾ ਹੈ, ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਧੁਰ ਦਰਗਾਹ ਤੋਂ ਇਹ ਆਪਣਾ ਫੁਰਮਾਨ ਜਾਰੀ ਕੀਤਾ ਹੈ ਕਿ ਜਿਸ ਨੇ ਮੇਰੇ ਤੱਕ ਮਿਲਣਾ ਹੈ ਉਸ ਦੇ ਮਿਲਣ ਦਾ ਵਸੇਲਾ ਕੇਵਲ ਗੁਰੂ ਦੇ ਰਾਹੀਂ ਹੀ ਹੋ ਸਕਦਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਧੁਰ ਖਸਮੈ ਕਾ ਹੁਕਮ ਪਿਆ, ਅਸੀਂ ਹਜ਼ੂਰ ਦਾ ਇਹ ਪਵਿੱਤਰ ਬਚਨ ਪੜ੍ਹਦੇ ਹਾਂ ਬਾਣੀ 'ਚ। ਧੁਰ, ਧੁਰ ਦਾ ਅਰਥ ਹੈ ਰੱਬ ਦੇ ਘਰ ਵਿੱਚੋਂ ਇਹ ਫੁਰਮਾਨ ਹੈ, ਇਹ ਹੁਕਮ ਹੈ। ਧੁਰ ਖਸਮੈ ਕਾ ਹੁਕਮ ਪਿਆ, ਉਸਨੇ ਆਪਣਾ ਹੁਕਮ ਸੁਣਾ ਦਿੱਤਾ, ਬਿਨ ਸਤਿਗੁਰ ਚੇਤਿਆ ਨਾ ਜਾਏ। ਜੇ ਉਸ ਖਸਮ ਨੂੰ ਚੇਤੇ ਕਰਨਾ ਆਪਣੀ ਮਰਜ਼ੀ ਨਾਲ ਨਹੀਂ, ਸਤਿਗੁਰੂ ਦੀ ਕਿਰਪਾ ਨਾਲ ਸਤਿਗੁਰੂ ਰਾਹੀਂ ਉਹਨੂੰ ਚੇਤੇ ਕੀਤਾ ਜਾ ਸਕਦਾ। ਇੱਕ ਬੇਨਤੀ ਮੈਂ ਹੋਰ ਕਰਦਿਆਂ, ਗੁਰੂ ਗ੍ਰੰਥ ਸਾਹਿਬ 'ਚ ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਗੁਰੂ ਅਮਰਦਾਸ ਜੀ ਦਾ, ਕਹਿੰਦੇ ਨੇ ਮਨਮੁੱਖ ਭਗਤ ਕਰੇ ਬਿਨ ਸਤਿਗੁਰ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਬੰਦੇ ਆਪ ਉਦਰਾਪਣ ਕਰਕੇ ਸਤਿਗੁਰੂ ਤੋਂ ਬਿਨਾਂ ਭਗਤੀ ਵਿੱਚ ਜੁੜਨਾ ਚਾਹੁੰਦੇ ਨੇ, ਪਰ ਸਤਿਗੁਰੂ ਤੋਂ ਬਿਨਾਂ ਭਗਤੀ ਸਫਲ ਨਹੀਂ ਹੋ ਸਕਦੀ। ਮਨਮੁੱਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਖੋਈ ਰਾਮ, ਸਤਿਗੁਰੂ ਤੋਂ ਬਿਨਾਂ ਉਸ ਦੀ ਭਗਤੀ ਨਹੀਂ। ਫਿਰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਸਦੇਸ਼ ਅਨੁਸਾਰ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੀਵ, ਇਸਤਰੀ, ਮਨੁੱਖ, ਆਤਮਾ ਤਾਂ ਮਿਲ ਸਕਦਾ ਜੇ ਸਤਿਗੁਰੂ ਦੀ ਬਖਸ਼ਿਸ਼ ਹੋਵੇ, ਕਿਉਂਕਿ ਸਤਿਗੁਰੂ ਤੋਂ ਬਿਨਾਂ ਉਹ ਚੇਤਿਆ ਹੀ ਨਹੀਂ ਜਾ ਸਕਦਾ। ਦਾਸ ਕਈ ਵਾਰੀ ਬੇਨਤੀ ਕਰਦਾ ਕਿ ਅਸੀਂ ਇੱਕ ਸ਼ਬਦ ਵਰਤਨੇ ਆ ਗੁਰਦੁਆਰਾ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਧਰਮਸ਼ਾਲਾ ਸ਼ਬਦ ਵੀ ਬਹੁਤ ਥਾਵਾਂ 'ਤੇ ਵਰਤਿਆ ਗਿਆ, ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਧਰਮਸ਼ਾਲਾ ਵੀ ਵਰਤਿਆ ਅਤੇ ਗੁਰਦੁਆਰਾ ਵੀ ਵਰਤਿਆ। ਬੇਨਤੀ ਕਰਾਂਗਾ, ਜਿੱਥੇ ਮਹਾਰਾਜ ਜੀ ਦੇ ਚਰਨ ਪੈਂਦੇ ਸਨ ਉੱਥੇ ਵੀ ਸ਼ਬਦ ਧਰਮਸ਼ਾਲਾ ਬਣਾਈ ਜਾਂਦੀ ਸੀ। ਧਰਮਸ਼ਾਲਾ ਦਾ ਅਰਥ ਹੈ ਕਿ ਜਿੱਥੇ ਧਰਮ ਕਮਾਉਣ ਦਾ ਤਰੀਕਾ ਜੁਗਤ ਅਤੇ ਧਰਮ ਨੂੰ ਕਮਾਉਣ ਵਾਸਤੇ ਕੁਝ ਸਮਝਾਇਆ ਜਾਏ, ਜਿਵੇਂ ਆਪਾਂ ਪਾਠਸ਼ਾਲਾ ਕਹਿੰਦੇ ਹਾਂ, ਇਸੇ ਤਰ੍ਹਾਂ ਹੀ ਧਰਮਸ਼ਾਲਾ ਸ਼ਬਦ ਹੈ। ਹੁਣ ਧਰਮਸ਼ਾਲਾ ਸ਼ਬਦ ਦੇ ਨਾਲ ਹੀ ਭਾਈ ਸਾਹਿਬ ਨੇ ਜਿਵੇਂ ਵਰਤਿਆ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ, ਧਰਮਸ਼ਾਲਾ ਉੱਥੇ ਬਣੀ ਜਿਹਨੂੰ ਸਤਿਗੁਰੂ ਕੇ ਪਿਆਰੇ ਸਿੱਖ ਭਾਈ ਕਹਿੰਦੇ, ਭਾਈ ਸਾਹਿਬ ਕਹਿੰਦੇ ਨੇ ਗੁਰਦਾਸ ਜੀ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਬੇਨਤੀ ਸੁਣਿਓ, ਧਰਮਸ਼ਾਲਾ ਤੋਂ ਬਾਅਦ ਇੱਕ ਸ਼ਬਦ ਆਉਂਦਾ ਗੁਰਦੁਆਰਾ। ਗੁਰੂ ਸਾਹਿਬ ਨੇ ਇਹਨੂੰ ਬਾਣੀ 'ਚ ਵਰਤਿਆ ਸ਼ਬਦ ਨੂੰ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ, ਜਾਂ ਦਾਤਾਰ ਦੇ ਬਚਨ ਨੇ ਗੁਰੂ ਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਹੁਣ ਜਿਸ ਨੇ ਸੋ ਦਰ ਤੱਕ ਪਹੁੰਚਣਾ ਹੈ, ਜਿਸ ਨੇ ਪ੍ਰਭੂ ਦਰ ਤੱਕ ਜਾਣਾ ਹੈ, ਗੁਰੂ ਦੁਆਰੇ ਦਾ, ਦੁਆਰੇ ਦਾ ਅਰਥ ਦਰਵਾਜ਼ਾ, ਜਿਸ ਨੇ ਪਰਮਾਤਮਾ ਦੇ ਦਰ 'ਤੇ ਜਾਣਾ ਹੈ ਉਹਨੂੰ ਗੁਰੂ ਦੇ ਦਰ ਤੋਂ ਨਿਕਲਣਾ ਹੀ ਪਏਗਾ, ਕਿਉਂਕਿ ਪਰਮਾਤਮਾ ਦੇ ਘਰ ਦੀ ਕੁੰਡੀ ਕੇਵਲ ਗੁਰੂ ਦੇ ਦਰ ਦੇ ਰਾਹੀਂ ਹੀ ਖੁੱਲ੍ਹਦੀ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ ਅਤੇ ਅੰਮ੍ਰਿਤ ਬਾਣੀ 'ਚ ਸਮਝਾਇਆ। ਹੁਣ ਇਸ ਤੋਂ ਅਗਲੀ ਦਾਸ ਇੱਕ ਬੇਨਤੀ ਕਰਨੀ ਚਾਹੇਗਾ, ਗੁਰੂ ਸ਼ਬਦ ਦੇ ਅਰਥ ਕੀ ਨੇ? ਭਾਵਾਂ ਕਿ ਗੁਰੂ ਦੇ ਅਰਥ ਬਹੁਤ ਵਾਰੀ ਅਸੀਂ ਕੋਸ਼ਾਂ ਵਿੱਚੋਂ ਪੜ੍ਹਦੇ ਹਾਂ, ਅਰਥ ਇਹੀ ਕੀਤੇ ਜਾਂਦੇ ਨੇ ਕਿ ਗੁਰੂ ਸੰਸਕ੍ਰਿਤ ਦੀ ਗਰੀ ਧਾਤੂ 'ਚੋਂ ਪੈਦਾ ਹੋਇਆ ਸ਼ਬਦ ਹੈ। ਇਹਦਾ ਅਰਥ ਦੋ ਅੱਖਰਾਂ ਦਾ ਲਫਜ਼ ਬਣਿਆ, ਗੋ ਅਤੇ ਰੂਹ।
ਗੋ ਦਾ ਅਰਥ ਹੈ ਅੰਧਕਾਰ ਤੇ ਰੂਹ ਦਾ ਅਰਥ ਹੈ ਚਾਨਣ। ਗੁਰੂ ਦਾ ਅਰਥ ਜੋ ਅੰਧਕਾਰ ਨੂੰ ਮਿਟਾ ਕੇ ਚਾਨਣ ਕਰ ਦੇਵੇ, ਪ੍ਰਕਾਸ਼ ਕਰ ਦੇਵੇ। ਬੇਨਤੀ ਕਰਾਂ, ਕਈ ਵਾਰੀ ਅਸੀਂ ਗੁਰੂ ਦਾ ਅਰਥ ਟੀਚਰ ਵੀ ਕਰਨੇ, ਗੁਰੂ ਦਾ ਅਰਥ ਮਾਸਟਰ ਕਰਨੇ, ਗੁਰੂ ਦਾ ਅਰਥ ਉਸਤਾਦ ਕਰਨੇ, ਗੁਰੂ ਦਾ ਅਰਥ ਆਚਾਰਿਆ ਕਰਨੇ। ਸਰਦਾਰ ਕਪੂਰ ਸਿੰਘ ਜੀ ਮਹਾਨ ਦਾਰਸ਼ਨਿਕ ਔਰ ਸਿੱਖ ਸਿਧਾਂਤ ਨੂੰ ਸਮਝਣ ਵਾਲੇ, ਪੜਚੋਲਣ ਵਾਲੇ, ਉਹਨਾਂ ਨੇ ਆਪਣੀ ਇੱਕ ਲਿਖਤ ਵਿੱਚ ਲਿਖਿਆ ਹੈ ਕਿ ਗੁਰੂ ਅਤੇ ਸਿੱਖ ਦੇ ਅਰਥ ਕੇਵਲ ਇਹ ਕੋਸ਼ ਵਾਲੇ ਵੇਖ ਕੇ ਨਾ ਕਰੋ ਕਿ ਗੁਰੂ ਦਾ ਅਰਥ ਟੀਚਰ, ਗੁਰੂ ਦਾ ਅਰਥ ਉਸਤਾਦ, ਗੁਰੂ ਦਾ ਅਰਥ ਮਾਸਟਰ, ਗੁਰੂ ਦਾ ਅਰਥ ਆਚਾਰਿਆ। ਉਹ ਕਹਿੰਦੇ ਨੇ ਗੁਰਮਤ ਦੇ ਨਜ਼ਰੀਏ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ, ਗੁਰੂ ਦਾ ਅਰਥ ਜੇ ਟੀਚਰ ਕਰਾਂਗੇ। ਧਿਆਨ ਨਾਲ ਮੇਰੀ ਬੇਨਤੀ ਸੁਣਿਓ ਕਿ ਟੀਚਰ ਦਾ ਅਰਥ ਹੈ ਜਿਹੜਾ ਬੋਧਕ ਗਿਆਨ ਕਿਸੇ ਨੂੰ ਵੰਡ ਰਿਹਾ ਹੈ, ਮਾਸਟਰ ਦਾ ਅਰਥ ਹੈ ਜੋ ਆਪਣੇ ਦੁਨਿਆਵੀ ਗਿਆਨ ਨੂੰ ਕਿਸੇ ਤੱਕ ਅੱਗੇ ਪਹੁੰਚਾ ਰਿਹਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਅਰਥ ਇਹ ਕਰੀਏ ਕਿ ਉਹ ਨਿਰਗੁਣ ਸ਼ਕਤੀ, ਉਹ ਨਿਰਾਕਾਰ ਤਾਕਤ ਜਿਸ ਨੂੰ ਆਪਣਾ ਪਰਮਾਤਮਾ ਕਹਿੰਦੇ ਹਾਂ, ਪ੍ਰਭੂ ਕਹਿੰਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਰਾਮ ਕਹਿੰਦੇ ਹਾਂ, ਕਹਿੰਦੇ ਨੇ ਉਹ ਸ਼ਕਤੀ ਜਿਹੜੀ ਨਿਰਾਕਾਰ ਸਭ ਥਾਵਾਂ 'ਤੇ ਵਰਤਦੀ ਹੈ, ਉਹ ਸ਼ਕਤੀ ਜਿਸ ਖਿਰਦੇ ਵਿੱਚ ਪ੍ਰਗਟ ਹੋ ਜਾਏ ਸੱਚ ਇਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਉਸ ਨੂੰ ਸਵੀਕਾਰਿਆ ਹੈ। ਇਹਨੂੰ ਥੋੜ੍ਹਾ ਜਿਹਾ ਫਿਰ ਮੈਂ ਖੋਲ੍ਹਣ ਦਾ ਯਤਨ ਕਰਾਂਗਾ, ਕਿਉਂਕਿ ਧਿਆਨ ਨਾਲ ਮੇਰੀ ਬੇਨਤੀ ਸੁਣਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਗੱਲ ਸਵੀਕਾਰੀ ਗਈ ਹੈ ਕਿ ਉਸ ਨਿਰਗੁਣ ਦਾ ਜਿਹੜਾ ਸਰਗੁਣ ਰੂਪ ਹੈ, ਇੱਕ ਤਾਂ ਸੰਸਾਰ ਅਸੀਂ ਮੰਨਦੇ ਹਾਂ ਕੋਈ ਸ਼ੱਕ ਨਹੀਂ, ਉਸ ਨਿਰਾਕਾਰ ਦਾ ਜੋ ਸਾਕਾਰ ਰੂਪ ਹੈ ਉਹ ਅਸਲ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ ਵੀ ਹੈ, ਅਸੀਂ ਸਾਰੇ ਪਾਠ ਕਰਨੇ ਹਾਂ ਕਿ ਬਿਨ ਸਤਿਗੁਰ ਕਿਨਾ ਨਾ ਪਾਇਓ, ਹੁਣੇ ਆਸਾ ਕੀ ਵਾਰ ਸਰਵਣ ਕੀਤੀ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਅੱਜ ਤੱਕ ਕਿਸੇ ਨੇ ਸਤਿਗੁਰੂ ਤੋਂ ਬਿਨਾਂ ਪ੍ਰਭੂ ਨੂੰ ਪਾਇਆ ਨਹੀਂ। ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ, ਅਤੇ ਅਗਲੀ ਤੁੱਕ ਇਸ ਗੱਲ ਦੇ ਅਰਥ ਕਰੇਗੀ ਕਿ ਗੁਰੂ ਦਾ ਅਰਥ ਕੇਵਲ ਟੀਚਰ ਨਹੀਂ, ਬਾਣੀ ਵਿੱਚ ਗੁਰੂ ਦਾ ਅਰਥ ਕਿ ਜਿਹਦੇ ਵਿੱਚ ਆਪ ਪਰਮਾਤਮਾ ਸਮੋਇਆ ਹੋਇਆ ਹੈ, ਆਪ ਆਪਣੀ ਬਖਸ਼ਿਸ਼ ਵੰਡ ਰਿਹਾ। ਤਾਂ ਹੀ ਤਾਂ ਬਾਣੀ ਵਿੱਚ ਗੁਰ ਪਰਮੇਸ਼ਰ, ਗੁਰੂ ਨੇ ਪਰਮਾਤਮਾ ਨੂੰ ਇੱਕ ਥਾਂ 'ਤੇ ਰੱਖਿਆ ਗਿਆ। ਹਜ਼ੂਰ ਦੀ ਬਾਣੀ ਦਾ ਇਹ ਬਚਨ, ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ, ਆਪ ਰੱਖਿਓਨ ਦਾ ਅਰਥ ਕਿ ਪਰਿਪੂਰਨ ਪਰਮਾਤਮਾ ਨੇ ਆਪਣੇ ਆਪ ਨੂੰ ਸਤਿਗੁਰੂ ਵਿੱਚ ਰੱਖਿਆ ਹੈ, ਟਿਕਾਇਆ ਹੈ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਇਹ ਸਾਰੇ ਸੰਸਾਰ ਵਿੱਚ ਪ੍ਰਗਟ ਕਰ ਦਿੱਤਾ। ਕੀ ਆਖ ਸੁਣਾਇਆ? ਅਸੀਂ ਬਾਣੀ 'ਚੋਂ ਦੇਖਦੇ ਹਾਂ ਜਿਨ੍ਹਾਂ ਨੇ ਉਸ ਰੂਪ ਵਿੱਚ ਵੀ ਦਰਸ਼ਨ ਕੀਤੇ, ਉਹ ਪੁਕਾਰ ਉੱਠੇ, ਪੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ ਆਪ ਰੱਖਿਓ। ਬਾਬਾ ਸੱਤਾ ਬਲਵੰਡ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਹੈ ਧਾਰਿਆ। ਅਤੇ ਅਗਲੀਆਂ ਤੁਕਾਂ ਜਦੋਂ ਪਰਮਾਤਮਾ ਦੀ ਝਲਕ ਗੁਰੂ 'ਚੋਂ ਮਿਲੀ, ਕਹਿਣ ਲੱਗੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਮੇਰੀ ਬੇਨਤੀ ਫਿਰ ਧਿਆਨ ਨਾਲ ਸੁਣਿਓ, ਜੋ ਬਾਣੀ ਦੇ ਭੈਚ ਕਰ ਰਿਹਾ ਹਾਂ ਗੁਰੂ ਸਾਹਿਬ ਜੀ ਦੇ ਨਾ ਬਾਰੇ, ਜਨਮ ਸਾਖੀ ਖਾਸ ਕਰਕੇ ਪੁਰਾਤਨ ਜਨਮ ਸਾਖੀ, ਉਹਦੀਆਂ ਸਾਖੀਆਂ ਪੜ੍ਹਨ ਵਾਲੀਆਂ ਨੇ, ਸ਼ਬਦਾਵਲੀ ਬੜੇ ਕਮਾਲ ਦੀ ਹੈ। ਉਹਦੇ ਵਿੱਚ ਇੱਕ ਬਚਨ ਕਿਹਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚੋਂ, ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਦੇ ਦਰ ਤੋਂ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਸ਼ਬਦ ਕਹਿ ਗਏ, ਜਿਹਦਾ ਜ਼ਿਕਰ ਭਾਈ ਸਾਹਿਬ ਨੇ ਵੀ ਕੀਤਾ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਖ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਓ ਬਣ ਆਈ, ਬਾਬਾ ਪੈਦਾ ਸੱਚਖੰਡ ਨੌਨਿਦ ਨਾਮ ਗਰੀਬੀ ਭਾਈ। ਅਸੀਂ ਕਈ ਵਾਰੀ ਨਾ ਜਦੋਂ ਇਹ ਘਟਨਾ ਵਾਪਰਦੀ ਸੁਣਦੇ ਹਾਂ ਤਾਂ ਸੱਚੀ ਗੱਲ ਦਿਮਾਗੀ ਤੌਰ 'ਤੇ ਅੱਖਰਾਂ ਦੀ ਵਰਜਿਸ਼ ਕਰਨ ਵਾਲਾ ਬੰਦਾ, ਅੱਖਰਾਂ ਦੀ ਵਰਜਿਸ਼ ਹੀ ਹੈ ਨਾ ਕਿ ਉਗਤੀਆਂ ਜੁਗਤੀਆਂ ਦਲੀਲਾਂ, ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਜੀ, ਬਾਬਾ ਜੀ ਕਿਹੜੇ ਸੱਚਖੰਡ 'ਚ ਗਏ?
ਹੁਣ ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਜੇ ਕਹਿਣਾ ਆਪਾਂ ਨੂੰ ਫਿਰ ਤੇ ਮੰਨ ਲੈਣਾ ਚਾਹੀਦਾ ਨਾ। ਬਾਬਾ ਜੀ ਦਾ ਇੱਕ ਬਚਨ ਕਹਿ, ਹਜ਼ੂਰ ਨੇ ਫਰਮਾਇਆ, ਖਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਨ ਸਕੈ ਰਾਤ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਹੁਣ ਆਹ ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਇਹਦੇ ਅਖਰੀ ਅਰਥ ਇਹੀ ਹੋਣਗੇ ਨਾ ਕਿ ਮੈਨੂੰ ਢਾਡੀ ਨੂੰ ਮੇਰੇ ਮਾਲਕ ਵਾਹਿਗੁਰੂ ਨੇ ਆਪਣੇ ਸੱਚੇ ਟਿਕਾਣੇ ਤੇ ਆਵਾਜ਼ ਮਾਰ ਕੇ ਸੱਦਿਆ ਹੈ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਇਹਦਾ ਮਤਲਬ ਸੱਚੇ ਮਹਿਲ 'ਚ ਬੁਲਾਇਆ। ਵੈਸੇ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਹਉ ਢਾਡੀ ਹਰ ਪ੍ਰਭ ਕਸਮ ਕਾ ਹਰ ਕਹਿ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ। ਇਹਦਾ ਮਤਲਬ ਸਾਰੇ ਇਸ਼ਾਰੇ ਕਰ ਰਹੀਆਂ ਨੇ ਤੁਕਾਂ ਕਿ ਉਹ ਭਾਈ ਸਿੱਖੋ ਆਪਣੀ ਮਨ ਦੀ ਮਤ ਦਾ ਮੱਥਾ ਟੇਕੋ ਗੁਰੂ ਚਰਨਾਂ 'ਚ, ਅਤੇ ਇਸ ਗੱਲ ਨੂੰ ਮੰਨ ਲਵੋ ਕਿ ਪਰਿਪੂਰਨ ਪਰਮਾਤਮਾ ਸਤਿਗੁਰੂ ਦੇ ਵਿੱਚ ਓਤ ਪੋਤ ਹੈ। ਉੱਥੇ ਇੱਕ ਬਚਨ ਲਿਖਿਆ ਪੁਰਾਤਨ ਜਨਮ ਸਾਖੀ 'ਚ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਆਵਾਜ਼ ਇਹ ਹੁਕਮ ਆਇਆ ਕਿ ਨਾਨਕ ਮੇਰਾ ਹੁਕਮ ਤੇਰੀ ਨਜ਼ਰੀ ਆਇਆ। ਮੈਂ ਸਿਰਫ ਵਿੱਚੋਂ ਲਫ਼ਜ਼ ਚੁਣੇ, ਮੇਰਾ ਹੁਕਮ ਤੇਰੀ ਨਜ਼ਰੀ ਆਇਆ। ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ, ਆਪ ਪੀ ਲੋਕਾਂ ਤਾਈਂ ਪਿਆਲ, ਨਾਮ ਦਾਨ ਇਸ਼ਨਾਨ ਦ੍ਰਿੜ ਕਰਾਓ, ਸੰਸਾਰਥੀ ਨਿਰਲੇਪ ਰਹੋ। ਕਹਿਣ ਲੱਗੇ ਫਿਰ ਆਵਾਜ਼ ਆਈ, ਮੇਰਾ ਹੁਕਮ ਤੇਰੀ ਨਜ਼ਰੀ ਆਇਆ। ਜਨਮ ਸਾਖੀ 'ਚ ਲਿਖਿਆ, ਤਬ ਬਾਬਾ ਬੋਲਿਆ, ਪੀ ਤੇਰੀ ਕੀਮਤ ਨਾ ਪਵੈ ਖਉ ਕੇਵੜ ਆਖਾਂ ਨਾ। ਅਗਲੇ ਤਿੰਨ ਲਫ਼ਜ਼ ਧਿਆਨ ਨਾਲ ਸੁਣਿਓ, ਕਹਿੰਦੇ ਨੇ ਜਦੋਂ ਇਹ ਸ਼ਬਦ ਕਿਹਾ ਨਿਮਰਤਾ 'ਚ ਕਿ ਪੀ ਤੇਰੀ ਕੀਮਤ ਨਾ ਪਵੈ ਖਉ ਕੇਵੜ ਆਖਾਂ ਨਾ, ਤੇ ਕਹਿੰਦੇ ਨੇ ਆਵਾਜ਼ ਆਈ, ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ। ਕੀ ਹੈ ਗੁਰੂ ਅਸਲ 'ਚ ਖੇਡ, ਜਿਸ ਉੱਪਰ ਮੇਰੀ ਨਦਰ ਤਿਸ ਉੱਪਰ ਤੇਰੀ ਨਦਰ, ਜਿਸ ਉੱਪਰ ਮੇਰਾ ਕਰਮ। ਇੱਥੇ ਕਰਮ ਦਾ ਅਰਥ ਕਰਾਂਗੇ ਬਖਸ਼ਿਸ਼, ਨਦਰ ਤੇ ਕਰਮ ਸ਼ਬਦ ਇੱਕੋ ਹੀ ਹੈ ਕਿ ਜਿਸ ਉੱਪਰ ਮੇਰਾ ਕਰਮ ਤਿਸ ਉੱਪਰ ਤੇਰਾ ਕਰਮ, ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਹੁਣ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ ਉਹ ਜਦੋਂ ਗੁਰੂ ਵਿੱਚ ਵਰਤਦਾ ਹੈ ਤੇ ਉਦੋਂ ਫਿਰ ਸ਼ਬਦ ਬਣ ਜਾਂਦਾ ਹੈ ਗੁਰ ਪਰਮੇਸ਼ਰ, ਕਿ ਗੁਰੂ ਵਿੱਚ ਰੱਬ ਆਪ ਝਲਕਾਂ ਮਾਰਦਾ ਹੈ। ਮੈਂ ਬੇਨਤੀ ਤਾਂ ਕੀਤੀ ਹੈ ਕਿ ਉਸ ਪਰਮਾਤਮਾ ਦੀ ਗੱਲ ਕਰਦਿਆਂ ਹਜ਼ੂਰ ਨੇ ਕਿਹਾ, ਭਾਵੇਂ ਯੁੱਗ ਕੋਈ ਵੀ ਹੋਵੇ, ਸਮਾਂ ਕੋਈ ਵੀ ਹੋਵੇ, ਅੱਜ ਤੱਕ ਜੇ ਕਿਸੇ ਨੇ ਪਾਇਆ ਹੈ ਤੇ ਕੇਵਲ ਸਤਿਗੁਰੂ ਦੀ ਕਿਰਪਾ ਨਾਲ। ਆਸਾਂ ਕੀ ਵਾਰ ਖਾਸ ਕਰਕੇ ਦਾਸ ਤਾਂ ਬੇਨਤੀ ਕਰਦਾ ਹੁੰਦਾ, ਪਹਿਲੀ ਪੌੜੀ ਨਾਲ ਜਿਹੜੇ ਤਿੰਨ ਸ਼ਲੋਕ ਨੇ, ਇਹ ਤਿੰਨੇ ਦੇ ਤਿੰਨੇ ਸ਼ਲੋਕ ਕੇਵਲ ਸਤਿਗੁਰੂ ਦੀ ਪ੍ਰਾਪਤੀ, ਸਤਿਗੁਰੂ ਦੀ ਰਹਿਮਤ ਤੇ ਸਤਿਗੁਰੂ ਤੋਂ ਵਿਖੂਣਿਆਂ ਦੀ ਦਸ਼ਾ ਨੂੰ ਬਿਆਨ ਕਰਦੇ। ਪਹਿਲਾ ਤਾਂ ਬਚਨ ਹੈ ਸਤਿਗੁਰੂ ਦੀ ਕਿਰਪਾ ਕੀ ਹੈ। ਅਸੀਂ ਬਚਨ ਰੋਜ਼ ਪੜ੍ਹਦੇ ਹਾਂ, ਬਲਿਖਾਰੀ ਗੁਰ ਆਪਣੇ ਦਿਓ ਖਾੜੀ ਸਦਵਾਰ। ਇੱਕ ਦਿਨ ਵਿੱਚ 100 ਵਾਰੀ ਮੈਂ ਗੁਰੂ ਤੋਂ ਕੁਰਬਾਨ ਜਾਂਦਾ, ਕਿਉਂ ਜੀ, ਜਿਨ ਮਾਨਸ ਤੇ ਦੇਵ ਤੇ ਕੀ ਕਰਤਨਾ ਲਾਗੀ ਬਾਰ। ਇੱਥੇ ਬਾਰ ਦਾ ਅਰਥ ਹੈ ਦੇਰੀ, ਕਿ ਜਿਸ ਨੂੰ ਮਨੁੱਖ ਤੋਂ ਦੇਵਤੇ ਬਣਾਉਂਦਿਆਂ ਰੰਚਕ ਮਾਤਰ ਦੇਰੀ ਨਹੀਂ ਲੱਗੀ, ਉਸ ਗੁਰੂ ਤੋਂ ਮੈਂ ਕੁਰਬਾਨ ਜਾਂਦਾ। ਅਤੇ ਮੈਂ ਬੇਨਤੀ ਕਰਾਂਗਾ, ਸੱਚ ਇਵੇਂ ਜਦੋਂ ਗੁਰੂ ਕਿਸੇ ਅੰਦਰ ਤਬਦੀਲੀ ਲੈ ਕੇ ਆਉਂਦਾ, ਸਰੀਰ ਤਾਂ ਉਹ ਪੰਜਾਂ ਤੱਤਾਂ ਦਾ ਰਹਿੰਦਾ ਪਰ ਬੰਦੇ ਦੇ ਕਰਮਾਂ ਵਿੱਚ ਹੀ ਬੜੀ ਵੱਡੀ ਤਬਦੀਲੀ ਆ ਜਾਂਦੀ। ਸਰੀਰ ਪੰਜਾਂ ਤੱਤਾਂ ਦੀ ਰਹਿੰਦਾ, ਅਤੇ ਕਈ ਵਾਰੀ ਅਸੀਂ ਫਿਰ ਕਹਿੰਦੇ ਹਾਂ ਕੋਈ ਆਹ ਬੰਦਾ ਤਾਂ ਇੱਥੇ ਤੁਰਿਆ ਫਿਰਦਾ ਸੀ ਜੀ। ਜਦੋਂ ਕਿਸੇ 'ਤੇ ਗੁਰੂ ਬਖਸ਼ਿਸ਼ ਕਰਦਾ ਨਾ, ਅਤੇ ਕਈ ਵਾਰੀ ਲੋਕ ਜਿਹੜੇ ਨੇ ਫਿਰ ਕਹਿੰਦੇ ਕੱਲ੍ਹ ਤੱਕ ਆਹ ਸੀ ਜੀ, ਅੱਜ ਤਾਂ ਇਹ ਬਣ ਗਿਆ, ਗਿਆਨੀ ਬਣ ਗਿਆ, ਕੀਰਤਨੀਆਂ ਬਣ ਗਿਆ, ਪਾਠ ਕਰਨ ਲੱਗ ਪਿਆ ਜੀ, ਇਹ ਬੰਦਗੀ ਕਰਨ ਲੱਗ ਪਿਆ, ਅਤੇ ਲੋਕ ਸਨਮਾਨ ਦਿੰਦੇ। ਪਰ ਮੈਂ ਇੱਕ ਬੇਨਤੀ ਕਰਾਂ, ਇੱਕ ਬੱਚਾ ਪੜ੍ਹਦਾ ਪਿੰਡ ਦੇ ਸਕੂਲ ਵਿੱਚ ਹੀ, ਸਹਿਪਾਠੀਆਂ ਨਾਲ ਪੜ੍ਹਦਾ ਹੈ, ਸਰੀਰ ਉਹਦਾ ਉਹੀ ਹੈ, ਉਹੀ ਬੱਚਾ ਸਕੂਲ ਵਿੱਚ ਖਾਇਰ ਸਕੂਲ ਵਿੱਚ ਅੱਗੇ ਜਾਂਦਾ, ਉਹੀ ਬੱਚਾ ਅੱਗੇ ਕਾਲਜ ਵਿੱਚ ਜਾਂਦਾ, ਉਹੀ ਬੱਚਾ ਯੂਨੀਵਰਸਿਟੀ ਵੀ ਜਾਂਦਾ, ਪਿੰਡ ਉਸੇ ਵਿੱਚ ਹੀ ਰਹਿੰਦਾ। ਪਰ ਚੇਤੇ ਰੱਖਿਓ
ਕੋਈ ਬੱਚਾ ਜਦੋਂ ਡਿਗਰੀ ਕਰਕੇ ਚੰਗੀ ਉੱਚੀ ਪੋਸਟ 'ਤੇ ਪਹੁੰਚਦਾ ਅਤੇ ਲੋਕ ਉਹਨੂੰ ਝੋਕੇ ਸਜਦੇ ਜਦੋਂ ਕਰਦੇ ਨੇ, ਈਰਖਾਲੂ ਕਹੀ ਜਾਣ ਜੀ ਛੱਡੋ, ਕੱਲ੍ਹ ਸਾਡੇ ਪੈਨ ਤੁਰਦਾ ਫਿਰਦਾ ਸੀ, ਪਰ ਜਦੋਂ ਮਿਹਨਤ ਤੋਂ ਬਾਅਦ ਪਦਵੀ ਮਿਲਦੀ ਹੈ ਅਤੇ ਸੱਚ ਇਵੇਂ ਲੋਕ ਸਲਾਮਾਂ ਕਰਦੇ ਨੇ, ਸਰੀਰ ਹੋਈ ਏ ਪਰ ਉਹਦੀ ਪੜ੍ਹਾਈ ਕਰਕੇ ਉਹਦੀ ਪਦਵੀ ਕਰਕੇ ਨਮਸਕਾਰ ਮਿਲੀ, ਬੰਦਾ ਤਾਂ ਉਹੀ ਹੈ ਜਦੋਂ ਗੁਰੂ ਦੀ ਕਿਰਪਾ ਮਿਲਦੀ ਹੈ ਅਤੇ ਸਾਰਾ ਸੰਸਾਰ ਅੱਗੇ ਝੁੱਕ ਜਾਂਦਾ ਹੈ। ਇੱਕ ਤਬਦੀਲੀ ਆਉਂਦੀ ਜਿਹੜਾ ਮਨੁੱਖ ਤੋਂ ਦੇਵਤੇ ਬਣਾ ਦਿੰਦਾ। ਫਿਰ ਮੈਂ ਬੇਨਤੀ ਕਰਾਂਗਾ, ਗੁਰਬਾਣੀ ਨੇ ਇਸ ਤਬਦੀਲੀ ਦਾ ਜ਼ਿਕਰ ਗੁਰੂ ਮਿਲਾਪ ਨਾਲ ਹੀ ਕੀਤਾ। ਜਿਵੇਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਣ ਮਾਨਕ ਗਰੈ ਗਿਆਨ ਗੁਰ ਕਹਿਓ ਵਿਚਾਰ। ਇਹ ਸਵਈਆ ਭਾਵੇਂ ਗੁਰੂ ਰਾਮਦਾਸ ਦੀ ਸਿਫਤ ਭੱਟ ਸਾਹਿਬ ਦਾ, ਪਰ ਦੇਖੋ ਬੜੀ ਵੱਡੀ ਤਬਦੀਲੀ ਦਾ ਜ਼ਿਕਰ ਕੀਤਾ। ਕੁਛ ਪ੍ਰਮਾਣ ਲਏ, ਕਹਿਣ ਲੱਗੇ ਜਦੋਂ ਗੁਰੂ ਬਖਸ਼ਿਸ਼ ਕਰਦਾ, ਕੱਚ ਦਾ ਅਰਥ ਵੈਸੇ ਹੁੰਦਾ ਝੂਠ ਜਿਹਨੇ ਟੁੱਟ ਜਾਣਾ, ਇਸੇ ਕਰਕੇ ਕੱਚੜਿਆਂ ਅਤੇ ਕੱਚਾ ਸ਼ਬਦ ਵਰਤਿਆ ਝੂਠੇ ਲਈ, ਕੱਚੀ ਬਾਣੀ ਵੀ ਝੂਠੇ ਲਈ ਵਰਤਿਆ। ਮਹਾਰਾਜ ਕਹਿੰਦੇ ਨੇ ਜਦੋਂ ਸਤਿਗੁਰੂ ਆਪਣੀ ਨਦਰ ਕਰਦਾ ਨਾ, ਆਪਣੀ ਬਖਸ਼ਿਸ਼ ਕਰਦਾ ਹੈ, ਜਦੋਂ ਗੁਰੂ ਆਪਣਾ ਸ਼ਬਦ ਦਿੰਦਾ ਹੈ, ਸੱਚ ਇਵੇਂ ਕਿ ਉਹ ਜੋ ਝੂਠੇ ਬੰਦੇ ਨੂੰ ਸੋਨੇ ਦੀ ਤਰ੍ਹਾਂ ਸ਼ੁੱਧ ਬਣਾ ਦਿੰਦਾ ਹੈ, ਝੂਠਾ ਵੀ ਪਵਿੱਤਰ ਹੋ ਜਾਂਦਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਜਦੋਂ ਗੁਰੂ ਦਾ ਸ਼ਬਦ ਕੰਨਾਂ ਵਿੱਚ ਸੁਣਿਆ। ਮਹਾਰਾਜ ਕਹਿੰਦੇ ਨੇ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਜਿਹੜਾ ਬੰਦਾ ਸਾਰੀ ਜ਼ਿੰਦਗੀ ਜ਼ਹਿਰ ਨਾਲ ਭਰਿਆ ਪਿਆ, ਉਸ ਕੋਲ ਹੋਰ ਕੋਈ ਕਰਮ ਹੀ ਨਹੀਂ, ਉਹਦੇ ਅੰਦਰ ਵਾਸ਼ਨਾ ਦਾ ਜ਼ਹਿਰ, ਗੰਦਗੀ ਦਾ ਜ਼ਹਿਰ, ਔਗਣਾ ਦਾ ਜ਼ਹਿਰ, ਜਦੋਂ ਦਾਤੇ ਨੇ ਕਿਰਪਾ ਕੀਤੀ ਉਹਨੇ ਜ਼ਹਿਰ ਨੂੰ ਵੀ ਅੰਮ੍ਰਿਤ ਵਿੱਚ ਕਨਵਰਟ ਕਰ ਦਿੱਤਾ। ਮੈਂ ਤਾਂ ਕਈ ਵਾਰੀ ਬੇਨਤੀ ਕਰਨਾ ਭਾਈ, ਕਈ ਵਾਰੀ ਕਈ ਸੱਜਣ ਕਹਿੰਦੇ ਆ ਨਾ ਜੀ ਕਿ ਮੇਰਾ ਅਗਲਾ ਜਨਮ ਮਿਲੇਗਾ ਅਤੇ ਮੈਂ ਸਿੱਖੀ 'ਚ ਜਾਣਾ ਚਾਹੁੰਦਾ। ਨਹੀਂ ਪਿਆਰਿਓ, ਇੱਥੇ ਕੋਈ ਇਹ ਪਾਬੰਦੀ ਨਹੀਂ। ਤੂੰ ਕਿਸੇ ਬਰਾਦਰੀ 'ਚ ਜੰਮਿਆ ਹੋਵੇਂ, ਕਿਸੇ ਧਰਮ ਨਾਲ ਰਿਲੇਟਿਡ ਹੋਵੇਂ, ਤੇਰਾ ਪਿਛੋਕੜ ਕਿਸੇ ਵੀ ਥਾਂ 'ਤੇ ਤੇਰੀ ਰੂਟ ਜੜ ਹੋਵੇ, ਇੱਥੇ ਤਾਂ ਜਿਸ ਵੇਲੇ ਵੀ ਬੰਦਾ ਮੱਥਾ ਟੇਕ ਕੇ ਗੁਰੂ ਦੇ ਅੱਗੇ ਸੱਤ ਬਚਨ ਕਰਕੇ ਸਿੱਖਿਆ ਮੰਨ ਲੈ, ਉਦੋਂ ਹੀ ਤਬਦੀਲੀ ਆ ਜਾਂਦੀ ਹੈ। ਇਹ ਜਨਮਾਂ ਦੀ ਵੇਟ ਕਰਨ ਦੀ ਲੋੜ ਨਹੀਂ ਕਿ ਅਗਲਾ ਜਨਮ ਮਿਲੇਗਾ ਜੀ ਫਿਰ। ਮਹਾਰਾਜ ਕਹਿੰਦੇ ਨਹੀਂ, ਦੇਖ ਗੁਰੂ 'ਚ ਬਖਸ਼ਿਸ਼ ਹੈ, ਉਹ ਕੱਚ ਨੂੰ ਕਨਵਰਟ ਕਰਕੇ ਕੰਚਨ ਬਣਾ ਸਕਦੇ ਨੇ, ਅੰਦਰ ਦੀ ਬਿਰਤੀ ਨੂੰ, ਜ਼ਹਿਰੀਲੀ ਬਿਰਤੀ ਨੂੰ ਉਹ ਨਾਮ ਅੰਮ੍ਰਿਤ ਬਣਾ ਸਕਦੇ ਨੇ। ਸੱਚ ਇਵੇਂ ਕਿ ਲੋਹੇ ਨੂੰ ਕਨਵਰਟ ਕਰਕੇ, ਤਬਦੀਲ ਕਰਕੇ ਕੀਮਤੀ ਲਾਲ ਬਣਾ ਸਕਦੇ ਨੇ, ਪੱਥਰ ਨੂੰ ਉਹ ਕੀਮਤੀ ਮੋਤੀ ਬਣਾ ਸਕਦੇ ਨੇ, ਆਮ ਲੱਕੜ ਨੂੰ ਉਹ ਚੰਦਨ ਬਣਾ ਸਕਦੇ ਨੇ। ਸੱਚ ਇਵੇਂ ਕਿ ਪਸ਼ੂ ਅਤੇ ਪ੍ਰੇਤ ਵਰਗੀ ਬਿਰਤੀ ਨੂੰ ਉਹ ਦੇਵਤੇ ਬਣਾ ਸਕਦੇ। ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਕਿ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰਬੈ। ਪਹਿਲਾ ਬਚਨ ਮਹਾਰਾਜ ਜੀ ਨੇ ਕਿਹਾ ਬਲ ਖਾਰੀ ਗੁਰ ਆਪਣੇ ਦਿਓ ਖਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ, ਬਾਰ ਦੇਰੀ ਨਹੀਂ ਲੱਗੀ। ਅਗਲਾ ਸਲੋਕ ਹੈ ਗੁਰੂ ਅੰਗਦ ਦੇਵ ਜੀ ਦਾ, ਉਹ ਸਲੋਕ ਹੈ ਦਾਤਾਰ ਜੀ ਦਾ ਕਿ ਜੇ ਸੌ ਚੰਦਾ ਉਗਵੇ, ਜੇ ਸੈਂਕੜੇ ਚੰਦਰਮਾ ਪ੍ਰਕਾਸ਼ ਦੇ ਦੇਣ, ਸੂਰਜ ਚੜ੍ਹੇ ਹਜ਼ਾਰ, ਹਜ਼ਾਰਾਂ ਸੂਰਜ ਰੋਸ਼ਨੀ ਦੇਣ, ਪਰ ਮੈਂ ਇਹਦੇ ਥੋੜ੍ਹੇ ਅੰਤਰੀਵ ਅਰਥ ਕਰਨੇ ਚਾਹੁੰਦਾ। ਅਸਲ 'ਚ ਜੋਗ ਮਤ ਕਹਿੰਦਾ ਬੰਦੇ ਅੰਦਰ ਦੋ ਨਾੜੀਆਂ ਨੇ, ਇੱਕ ਚੰਦਰ ਨਾੜੀ, ਇੱਕ ਸੂਰਜ ਨਾੜੀ। ਕਹਿੰਦੇ ਨੇ ਜੇ ਬੰਦਾ ਸਾਧਨਾ ਕਰ ਕਰਕੇ ਅੰਦਰ ਜਿੰਨਾ ਮਰਜ਼ੀ ਇਹਨਾਂ ਨਾੜੀਆਂ ਵਿੱਚੋਂ ਅੰਦਰ ਦਾ ਪ੍ਰਕਾਸ਼, ਅੰਦਰ ਦਾ ਪ੍ਰਕਾਸ਼ ਮੀਨਸ ਗਿਆਨ ਨਹੀਂ, ਕੇਵਲ ਅੰਦਰ ਹੀ ਜੋਤ ਦੇਖਣ ਦਾ, ਜਿਵੇਂ ਸਾਡੇ ਵਿੱਚ ਵੀ, ਸਾਡੇ ਇਸ ਮੁਲਕ 'ਚ ਬੜਾ ਚੱਲਦਾ, ਮੈਨੂੰ ਜੋਤ ਦੇ ਦਰਸ਼ਨ ਕਰਾ ਦਿੱਤੇ ਜੀ। ਉਹ ਕਹਿੰਦੇ ਨੇ ਮਹਾਰਾਜ, ਕਹਿੰਦੇ ਨੇ ਤੂੰ ਉਸ ਨਾੜੀ ਰਹੀ ਚੰਦਰਮਾ ਨਾੜੀ, ਸੂਰਜ ਨਾੜੀ, ਜਿਤਨਾ ਮਰਜ਼ੀ ਅੰਦਰ ਚਾਨਣ ਬਖੇਰੀ ਜਾ, ਪਰ ਆਤਮਾ ਫਿਰ ਵੀ ਅੰਧਕਾਰ 'ਚ ਹੈ, ਕਿਉਂਕਿ ਆਤਮਾ ਨੂੰ ਚਾਨਣ ਕੇਵਲ ਸਤਿਗੁਰੂ ਹੀ ਦੇ ਸਕਦਾ ਹੈ। ਜੇ ਸੌ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਖੁੰਦਿਆਂ ਗੁਰਬਿਨ ਘੋਰ ਅੰਧਾਰ।
ਪਰ ਮੈਂ ਫਿਰ ਬੇਨਤੀ ਕਰਾਂ, ਮਨੁੱਖੀ ਮਨ ਤੋਂ ਬਿਨਾਂ ਗੁਰੂ ਦਾ ਸ਼ਬਦ ਵੀ ਨਹੀਂ ਸੁਣਿਆ ਜਾ ਸਕਦਾ। ਠੀਕ ਹੈ, ਬਖਸ਼ਿਸ਼ ਮਹਾਰਾਜ ਕਰਦੇ ਨੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ, ਕੋਈ ਸ਼ੱਕ ਨਹੀਂ, ਪਰ ਗੁਰੂ ਸਾਹਿਬ ਦਾ ਇੱਕ ਫੈਸਲਾ ਹੈ ਕਿ ਕੁੰਭੇ ਬੱਧਾ ਜਲ ਰਹੇ। ਮੈਂ ਥੋੜ੍ਹੇ ਜਿਹੇ ਦੇ ਇੱਕ ਅਰਥ ਬੜੇ ਗਹਿਰੇ ਨੇ, ਮੈਂ ਸੰਖੇਪ ਜਿਹਾ ਕਰਾਂਗਾ। ਕੁੰਭ ਦਾ ਅਰਥ ਹੈ ਘੜਾ, ਕੁੰਭੇ ਬੱਧਾ ਬੱਧੇ ਦਾ ਅਰਥ ਹੈ ਰੋਕਿਆ ਹੋਇਆ, ਜਲ ਜਲ ਦਾ ਆਪਾਂ ਅਰਥ ਸਮਝਦੇ ਪਾਣੀ। ਜੇ ਪਾਣੀ ਨੂੰ ਟਿਕਾਣਾ ਹੈ, ਬੰਨਣਾ ਹੈ, ਰੋਕਣਾ ਹੈ, ਤਾਂ ਘੜੇ ਦੀ ਜ਼ਰੂਰਤ ਹੈ, ਕਿਉਂਕਿ ਘੜੇ ਤੋਂ ਬਿਨਾਂ ਪਾਣੀ ਨਹੀਂ ਰੁਕ ਸਕਦਾ। ਅਤੇ ਅਗਲੀ ਬੇਨਤੀ ਕਰਾਂ, ਪਾਣੀ ਦੀ ਸ਼ਮੂਲੀਅਤ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ, ਕਿਉਂਕਿ ਮਿੱਟੀ ਸੁੱਕੀ ਨੂੰ ਇਕੱਠੀ ਕਰੋ ਤਾਂ ਉਹਦਾ ਘੜਾ ਬਣ ਜਾਏਗਾ। ਮਿੱਟੀ ਪੱਟ ਕੇ ਪਾਣੀ ਪਾਵਾਂਗੇ ਤਾਂ ਘੜਾ ਗੋ ਕੇ ਮਿੱਟੀ ਬਣਾਵਾਂਗੇ ਨਾ। ਮਹਾਰਾਜ ਕਹਿੰਦੇ ਨੇ ਕੁੰਭੇ ਬੱਧਾ ਜਲ ਰਹੇ, ਪਾਣੀ ਟਿਕ ਸਕਦਾ ਘੜੇ ਵਿੱਚ, ਕੁੰਭ ਦਾ ਬੱਧਾ ਘੜੇ ਦਾ ਟਿਕਾਇਆ ਹੋਇਆ, ਪਰ ਜਲ ਬਿਨ ਕੁੰਭ ਨਾ ਹੋਏ, ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ। ਗਿਆਨ ਕਾ ਬੱਧਾ ਮਨ ਰਹੇ, ਜਿਹੜਾ ਮਨ ਦਸੇ ਪਾਸੇ ਦੌੜਦਾ ਪਾਣੀ ਤੋਂ ਵੱਧ ਚੰਚਲ, ਸੱਚ ਇਵੇਂ ਗਿਆਨ ਤੋਂ ਬਿਨਾਂ ਮਨ ਨਹੀਂ ਟਿਕ ਸਕਦਾ, ਅਤੇ ਗੁਰੂ ਤੋਂ ਬਿਨਾਂ ਬੰਦੇ ਨੂੰ ਗਿਆਨ ਨਹੀਂ ਹੋ ਸਕਦਾ। ਪਰ ਇਹਦੇ 'ਚ ਇੱਕ ਰਮਜ ਪਾ ਦਿੱਤੀ ਮਹਾਰਾਜ ਜੀ ਨੇ ਜੀ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਪਹਿਲੀ ਤੋਂ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਪਾਣੀ ਘੜੇ ਤੋਂ ਬਿਨਾਂ ਨਹੀਂ ਟਿਕ ਸਕਦਾ, ਘੜਾ ਪਾਣੀ ਤੋਂ ਬਿਨਾਂ ਨਹੀਂ ਬਣ ਸਕਦਾ। ਚੇਤੇ ਰੱਖਿਓ, ਮਨ ਗੁਰੂ ਤੋਂ ਬਿਨਾਂ ਨਹੀਂ ਟਿਕ ਸਕਦਾ, ਗਿਆਨ ਤੋਂ ਬਿਨਾਂ ਨਹੀਂ ਟਿਕ ਸਕਦਾ, ਅਤੇ ਸੱਚ ਇਵੇਂ ਮਨ ਤੋਂ ਬਿਨਾਂ ਗਿਆਨ ਵੀ ਧਾਰਨ ਨਹੀਂ ਕੀਤਾ ਜਾ ਸਕਦਾ। ਇਹਨੂੰ ਫਿਰ ਸਮਝਿਓ, ਹੁਣ ਪਸ਼ੂ ਕੋਲ ਕੀ ਉਹ ਮਨ ਹੈ ਕਿ ਉਹ ਆ ਕੇ ਗਿਆਨ ਲੈ ਸਕੇ, ਕਿ ਪੰਛੀ ਕੋਲ ਓਨੀ ਤਾਕਤ ਹੈ ਉਹ ਗਿਆਨ ਲੈ ਸਕੇ? ਸੱਚ ਇਹ ਵੇ ਕਿ ਜੇ ਬੰਦੇ ਦਾ ਮਨ ਨਹੀਂ ਤੇ ਮਨ ਤੋਂ ਬਿਨਾਂ ਗਿਆਨ ਵੀ ਨਹੀਂ ਲਿਆ ਜਾ ਸਕਦਾ, ਤੇ ਗਿਆਨ ਤੋਂ ਬਿਨਾਂ ਮਨ ਵੀ ਕਦੀ ਨਹੀਂ ਟਿਕ ਸਕਦਾ। ਦੋਨੋਂ ਇੱਕ ਦੂਜੇ ਦੇ ਪੂਰਕ ਨੇ। ਮੈਨੂੰ ਥੋੜ੍ਹਾ ਜਿਹਾ ਸੁਖਮਨੀ ਸਾਹਿਬ ਵਿੱਚੋਂ ਬੇਨਤੀ ਕਰ ਸਕਾਂ, ਅਸੀਂ 18ਵੀਂ ਅਸ਼ਟਪਦੀ ਪੜ੍ਹਨੇ, 18ਵੀਂ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਨਾ ਬਿਲਕੁਲ ਨਹੀਂ ਕਿਹਾ ਵੀ ਸਿੱਖ ਨੇ ਕੀ ਕਰਨਾ, ਧਿਆਨ ਦਿਆ ਜੇ, ਪਹਿਲੇ ਪਦੇ 'ਚ ਸਿਰਫ ਇਹ ਲਿਖਿਆ ਗੁਰੂ ਕੀ ਕਰਦਾ, ਸਤਿਗੁਰੂ ਕੀ ਕਰਦੇ ਨੇ, ਅਤੇ ਅਗਲੇ ਪਦੇ ਵਿੱਚ ਲਿਖਿਆ ਵੀ ਸਿੱਖ ਨੇ ਕੀ ਕਰਨਾ। ਇਹ ਬੜੇ ਅਰਥ ਸੌਖੇ ਹੋਣਗੇ। ਇੱਕ ਤਾਂ ਅਸੀਂ ਜਦੋਂ ਪਦਾ ਪੜ੍ਹਦੇ ਹਾਂ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਹੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲਹਰੈ, ਗੁਰ ਬਚਨੀ ਖਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਖਾਟੈ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਵੇਖੋ, ਇਹਦੇ ਸਿਰਫ ਗੁਰੂ ਦੀ ਕਿਰਪਾ, ਗੁਰੂ ਗ੍ਰੇਸ ਕੀ ਹੈ। ਪ੍ਰਤਪਾਲਨਾ ਕਰਦੇ ਨੇ, ਮੈਲ ਧੋਂਦੇ ਨੇ, ਬੰਧਨ ਕੱਟਦੇ ਨੇ, ਦੁਰਮਤ ਦਾ ਨਾਸ਼ ਕਰਦੇ ਨੇ, ਸਤਿਗੁਰੂ ਨਾਮ ਤਨ ਦਿੰਦੇ ਨੇ। ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖਾਂ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਜੀ ਨਾਲ ਸਮਾਰੈ। ਹੁਣ ਅਗਲਾ ਪਦਾ ਪੜ੍ਹੋ ਅਸ਼ਟਪਦੀ ਦਾ, ਉਹਦੇ ਵਿੱਚ ਮਨ ਤੋਂ ਬਿਨਾਂ ਕਿਵੇਂ ਪ੍ਰਤਪਾਲਨਾ ਹੋਏਗੀ, ਮਨ ਤੋਂ ਬਿਨਾਂ ਕਿਵੇਂ ਸੰਬੰਧ ਜੁੜੇਗਾ ਗੁਰੂ ਦੇ ਨਾਲ। ਮਹਾਰਾਜ ਜੀ ਨੇ ਅਗਲੇ ਬਚਨ ਕੀਤੇ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ ਪਿਆਰਿਓ, ਜਲ ਬਿਨ ਕੁੰਭ ਨਾ ਹੋਏ। ਜਿੰਨੀ ਦੇਰ ਤੱਕ ਮਨ ਨਹੀਂ ਦਿੱਤਾ ਜਾਂਦਾ, ਜਿੰਨੀ ਦੇਰ ਤੱਕ ਮਨ ਵਿੱਚ ਆਗਿਆ ਨਹੀਂ ਸਹੀ ਜਾਂਦੀ, ਜਿੰਨੀ ਦੇਰ ਤੱਕ ਮਨ ਵੇਚਿਆ ਨਹੀਂ ਜਾਂਦਾ, ਓਨੀ ਦੇਰ ਤੱਕ ਮਿਲਾਪ ਕਿਵੇਂ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਰਿਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਪ੍ਰਕਰਨ ਵਿੱਚ ਰਹਾਂ ਕਿ ਗੁਰਸਿੱਖੋ, ਭਾਈ ਮਾਨਵਤਾ ਜੀ, ਮਨੁੱਖਤਾ ਸ਼ਬਦ ਵਰਤ ਲਵਾਂ, ਗੁਰੂ ਘਰ ਦਾ ਇੱਕ ਸਿਧਾਂਤ ਹੈ, ਜਿਹੜਾ ਵੀ ਪਾਏਗਾ ਉਹ ਕੇਵਲ ਗੁਰੂ ਦੇ ਰਾਹੀਂ ਹੀ ਪਾਏਗਾ, ਇੱਕ ਵਿਧਾਨ ਹੈ ਇਸ ਘਰ ਦਾ। ਹੁਣ ਉਹ ਗੁਰੂ 10 ਜਾਮਿਆਂ 'ਚ ਵਰਤੇ, ਪਰ 10 ਜਾਮਿਆਂ 'ਚ ਵਰਤਦਿਆਂ ਵੀ ਉਹਨਾਂ ਨੇ ਸਾਨੂੰ ਕਿਸ ਨਾਲ ਜੋੜਿਆ? ਸ਼ਬਦ ਨਾਲ, ਪਾਣੀ ਨਾਲ, ਪਰਮੇਸ਼ਵਰ ਦੇ ਨਾਮ ਨਾਲ। ਹੁਣ ਇੱਕ ਸਵਾਲ ਹੈ ਵੀ ਗੁਰੂ ਧਾਰਨ ਕੀਤਾ ਜਾਂਦਾ ਹੈ। ਬਾਣੀ ਨੇ ਸ਼ਬਦ ਬੜੇ ਸਿੱਧੇ ਕਹੇ, ਅਸੀਂ ਪੜ੍ਹਦੇ ਹਾਂ ਮਤ ਕੋ ਭਰਮ ਭੁੱਲੈ ਸੰਸਾਰ,
ਗੁਰ ਬਿਨ ਕੋਏ ਨਾ ਉਤਰ ਸਪਾਰ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਉ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਹੁਣ ਇੱਕ ਸਵਾਲ ਕਹਿ, ਕਿਸ ਘਰ 'ਚ ਗੁਰੂ ਧਾਰਨ ਕਰਨ ਦੀ ਦੀਖਿਆ ਕੀ ਹੈ? ਭਾਈ ਗੁਰਦਾਸ ਸਾਹਿਬ ਦੂਜੇ ਨੇ ਨਾ ਇੱਕ ਸ਼ਬਦ ਵਰਤਿਆ ਸੀ, ਉਹਨਾਂ ਦੀ ਅਸੀਂ ਪੌੜੀ ਪੜ੍ਹਦੇ ਹਾਂ ਨਾ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪੌਲ ਖੰਡ ਤਾਰ ਹੋਏ ਜਨਮ ਸੁਖੇਲਾ। ਅਗਲੀ ਇੱਕ ਉਹਦੇ 'ਚ ਤੁੱਕ ਹੈ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ। ਗੁਰੂ ਨੇ ਸਿੱਧਾ ਸੰਬੰਧ ਖਾਲਸਾ ਆਪਣੇ ਨਾਲ ਬਣਾ ਲਿਆ, ਰਸਤੇ 'ਚ ਕਿਸੇ ਵਿਚੋਲੇ ਦੀ ਲੋੜ ਨਹੀਂ। ਮੇਰੀ ਬੇਨਤੀ ਹੈ, ਇਹਨੂੰ ਮਤਸਵ 'ਚ ਫਿਰਕਾ ਪ੍ਰਸਤੀ 'ਚ ਕੋਈ ਨਾ ਲਿਜਾਇਓ। ਜੇ ਇਸ ਘਰ ਅੰਦਰ ਗੁਰੂ ਦੀ ਦੀਖਿਆ ਰਾਹੀਂ ਪਰਮਾਤਮਾ ਤੱਕ ਪਹੁੰਚਣਾ, ਤਾਂ ਇਸ ਘਰ ਦਾ ਇੱਕ ਵਿਧਾਨ ਗੁਰੂ ਗੋਬਿੰਦ ਸਿੰਘ ਬਣਾ ਕੇ ਗਏ ਕਿ ਪ੍ਰਥਮ ਰਹਿਤ ਜੇ ਯਾਨ ਖੰਡੇ ਕੀ ਪੌਲ ਛਕੈ। ਸਭ ਤੋਂ ਪਹਿਲੀ ਰਹਿਤ ਇਹ ਵੇ। ਹੁਣ ਕਈ ਵਾਰੀ ਸਾਡੇ ਸੱਜਣ ਕਹਿੰਦੇ ਨਾ ਜੀ, ਮੈਂ ਬਾਕੀ ਸਾਰੀਆਂ ਰਹਿਤਾਂ ਰੱਖੀਆਂ ਨੇ ਜੀ, ਅਸਲ 'ਚ ਮੈਂ ਪੌਲ ਨਹੀਂ ਛਕੀ। ਮੈਂ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲੀ ਰਹਿਤ ਹੀ ਇਹ ਵੇ, ਖੰਡੇ ਕੀ ਪੌਲ ਛਕੇ। ਹੁਣ ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਕਦੀ ਪੰਜ ਕਿਤੇ ਇਕੱਲੇ ਨਹੀਂ ਛਕਾ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਪੰਜ ਅੰਮ੍ਰਿਤ ਦੀ ਦਾਤ ਦੇਣਗੇ। ਬੇਨਤੀ ਧਿਆਨ ਨਾਲ ਸੁਣਿਓ, ਇਹ ਕੇਵਲ ਇੱਕ ਫਿਰਕਾ ਪ੍ਰਸਤੀ ਦੀ ਰੀਤ ਨਹੀਂ, ਅਸਲ 'ਚ ਇਹ ਸਿੱਖ ਨੂੰ ਗੁਰੂ ਤੱਕ ਲਿਜਾਉਣ ਲਈ ਗੁਰੂ ਗ੍ਰੰਥ ਸਾਹਿਬ ਕੋਲ ਨੇ, ਜੋਤ ਗੁਰੂ ਗ੍ਰੰਥ ਸਾਹਿਬ ਕੋਲ ਹੈ, ਜੁਗਤ ਪੰਥ ਵਿੱਚ ਟਿਕਾ ਦਿੱਤੀ, ਜੀਵਨ ਜੀਣ ਦਾ ਢੰਗ ਦੱਸਣ ਵਾਸਤੇ। ਪੰਜਾਂ ਨੇ ਜਦੋਂ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਤੇ ਉਹਨਾਂ ਨੇ ਪੰਜ ਚੁਲੇ ਛਕਾਏ, ਪੰਜ ਨੇਤਰਾਂ 'ਚ ਪਾਏ, ਪੰਜ ਸੀਸ 'ਚ ਪਾਏ, ਤੇ ਨਾਲ ਸ਼ਬਦ ਉਹਨਾਂ 17 ਵਾਰੀ ਬੁਲਾ ਕੇ ਕਿਹਾ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਅੰਮ੍ਰਿਤ ਨੂੰ ਛਕਣ ਤੋਂ ਬਾਅਦ ਜਦੋਂ ਸਿੱਖ ਉਸ ਰਹਿਤ ਵਿੱਚ ਰਹਿੰਦਾ, ਕੁਰੈਤਾਂ ਤੋਂ ਬਚਦਾ ਤੇ ਸ਼ਬਦ ਦੀ ਕਮਾਈ ਕਰਦਾ, ਸੱਚ ਇਵੇਂ ਫਿਰ ਗੁਰ ਪ੍ਰਸਾਦ ਉਹਨੂੰ ਪਰਮਾਤਮਾ ਤੱਕ ਪਹੁੰਚਾ ਦਿੰਦਾ। ਇਹ ਰੀਤ ਹੈ ਸਤਿਗੁਰੂ ਦੇ ਘਰ ਦੀ ਮਰਿਆਦਾ। ਮੈਂ ਬੇਨਤੀ ਕਰਾਂਗਾ, ਅੱਜ ਧੰਨ ਗੁਰੂ ਅਮਰਦਾਸ ਜੀ ਨੇ ਪਹਿਲੀ ਗੱਲ ਕਹੀ, ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨਾ ਕੋਈ ਰਾਮ। ਕਹਿੰਦੇ ਨੇ ਇਹ ਜੀਵ ਇਸਤਰੀ, ਤੂੰ ਕਿਸੇ ਸਮੇਂ ਵਿੱਚ ਵਿਚਰ, ਪਰ ਚੇਤੇ ਰੱਖ ਸਤਿਯੁਗ ਹੋਵੇ, ਦੁਆਪਰ ਹੋਵੇ, ਤ੍ਰੇਤਾ ਹੋਵੇ, ਕਲਯੁਗ ਹੋਵੇ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਸਤਿਗੁਰੂ ਤੋਂ ਬਿਨਾਂ ਉਹਦਾ ਮਿਲਾਪ ਨਹੀਂ ਪ੍ਰਭੂ ਦਾ। ਕਈ ਵਾਰੀ ਸੋਚਣਾ ਮਣਾ, ਬੜਿਆਂ ਨੇ ਸਤਿਗੁਰੂ ਦੇ ਚਰਨਾਂ 'ਚ ਰੇਕ ਇਹ ਸਿੱਖ ਲਿਆ ਕਿ ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪਨ, ਅਗਨ ਕਟੈ ਸਭ ਤੇਰੇ। ਕਹਿੰਦੇ ਨੇ ਗੁਰੂ ਧਾਰਨ ਕਰ ਲੈ ਮਣਾ, ਦੇਰੀ ਨਾ ਕਰ। ਮੈਨੂੰ ਯਾਦ ਹੈ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਉਹ ਘਟਨਾ, ਭਾਵੇਂ ਚਲੋ ਅਸਲ 'ਚ ਇਹ ਘਟਨਾ ਇੱਕ ਗ੍ਰੰਥ ਹੈ, ਪਰਚੀ ਦਸਵੇਂ ਪਾਤਸ਼ਾਹ ਕੀ, ਉਸ ਵਿੱਚ ਇਹ ਘਟਨਾ ਲਿਖੀ ਹੈ। ਸਾਖੀ ਉਂਝ ਸਹੀ ਹੈ, ਉਹਦੇ 'ਚ ਸਾਧ ਭਾਸ਼ਾ 'ਚ ਹੈ। ਕਹਿੰਦੇ ਨੇ ਹਜ਼ੂਰ ਤੁਰੇ ਜਾ ਰਹੇ ਨੇ ਚਰਨ ਗੰਗਾ ਦੇ ਕਿਨਾਰੇ, ਆਨੰਦਪੁਰ ਸਾਹਿਬ ਸੀ, ਅਤੇ ਖੱਤ ਦੇ ਅੰਦਰ ਦਾਤਾਰ ਜੀ ਨੇ ਇੱਕ ਪੱਥਰ ਪਕੜਿਆ ਹੈ, ਚਿੱਟੇ ਰੰਗ ਦਾ, ਸ਼ਵੇਤ ਰੰਗ ਦਾ, ਆਪਣੀ ਮੌਜ ਵਿੱਚ ਉਹਨੂੰ ਉਛਾਲਦੇ ਨੇ, ਸੱਜੇ ਖੱਤ ਤੋਂ ਉਹਨੂੰ ਖੱਬੇ ਹੱਥ ਵਿੱਚ ਪਕੜ ਲੈਂਦੇ ਨੇ, ਖੱਬੇ ਤੋਂ ਉਛਾਲਦੇ ਨੇ ਅਤੇ ਸੱਜੇ ਵਿੱਚ ਪਕੜ ਲੈਂਦੇ ਨੇ। ਇਸ ਤਰ੍ਹਾਂ ਬਚਨ ਬਿਲਾਸ ਕਰਦੇ ਕਰਦੇ ਚਰਨ ਗੰਗਾ ਦੇ ਕਿਨਾਰੇ ਤੁਰੇ ਜਾ ਰਹੇ ਨੇ, ਅਤੇ ਅਚਨਚੇਤ ਉਹ ਪੱਥਰ ਹੱਥ 'ਚੋਂ ਛੁਟਕਿਆ, ਹੱਥ 'ਚੋਂ ਫਿਸਲਿਆ, ਤਿਲਕਿਆ, ਚਰਨ ਗੰਗਾ ਦੇ ਪਾਣੀ ਵਿੱਚ ਡਿੱਗਾ ਅਤੇ ਡੁੱਬ ਗਿਆ। ਜਦੋਂ ਉਹ ਡੁੱਬਾ, ਹਜ਼ੂਰ ਨੇ ਪੁੱਛ ਲਿਆ ਕਿ ਇਸ ਪੱਥਰ ਦੇ ਡੁੱਬਣ ਦਾ ਕਾਰਨ ਕੀ? ਸਾਡੇ ਹੱਥ ਸੀ, ਹੁਣੇ ਇਹ ਹੱਥ 'ਚੋਂ ਨਿਕਲਿਆ,
ਪਾਣੀ 'ਚ ਗਿਰਿਆ ਡਿੱਗਾ ਅਤੇ ਡੁੱਬ ਗਿਆ। ਪਹਿਲੇ ਸਿੱਖ ਬੇਨਤੀ ਕੀਤੀ, ਮਹਾਰਾਜ ਪਾਣੀ ਦਾ ਸੁਭਾਅ ਹੈ ਉਹ ਭਾਰੀ ਚੀਜ਼ ਨੂੰ ਆਪਣੇ ਵਿੱਚ ਡੋਬ ਲੈਂਦਾ ਹੈ। ਦੂਜੇ ਨੇ ਕਿਹਾ, ਦਾਤਾ ਜੀ ਪੱਥਰ ਦਾ ਸੁਭਾਅ ਹੈ ਭਾਰੀ ਹੋਣ ਕਰਕੇ ਪਾਣੀ 'ਚ ਡੁੱਬ ਗਿਆ ਹੈ। ਮਹਾਰਾਜ ਮੁਸਕਰਾ ਪਏ। ਇੱਕ ਨੇ ਕਿਹਾ, ਪਾਣੀ ਦਾ ਸੁਭਾਅ ਭਾਰੀ ਵਸਤੂ ਨੂੰ ਡੋਬ ਲੈਂਦਾ, ਪਰ ਦੂਜੇ ਨੇ ਕਿਹਾ ਪੱਥਰ ਦਾ ਸੁਭਾਅ ਪਾਣੀ 'ਚ ਡੁੱਬ ਜਾਣਾ। ਪਿਆਰੇ ਭਾਈ ਦਇਆ ਸਿੰਘ ਜੀ ਨੂੰ ਪੁੱਛਿਆ ਕਿ ਪੱਥਰ ਪਾਣੀ 'ਚ ਕਿਉਂ ਡੁੱਬਾ? ਹੱਥ ਜੋੜ ਕੇ ਕਹਿਣ ਲੱਗੇ, ਦਾਤਾ ਮੈਨੂੰ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਭਾਰੀਆਂ ਚੀਜ਼ਾਂ ਨੂੰ ਡੋਬ ਲੈਂਦਾ, ਮੈਨੂੰ ਨਹੀਂ ਪਤਾ ਪੱਥਰ ਦਾ ਸੁਭਾਅ ਹੈ ਪਾਣੀ 'ਚ ਡੁੱਬ ਜਾਂਦਾ। ਬਸ ਇੱਕੋ ਸਮਝ ਤੇਰੇ ਚਰਨਾਂ 'ਚ ਪਈ, ਜਿਹੜਾ ਤੇਰੇ ਹੱਥਾਂ 'ਚੋਂ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਅਤੇ ਉਹ ਕੱਲ੍ਹ ਵੀ ਡੁੱਬਿਆ। ਜਿਹੜਾ ਤੇਰੇ ਚਰਨਾਂ ਨਾਲ ਜੁੜ ਗਿਆ ਉਹ ਪੱਥਰ ਵੀ ਤਰੇਗਾ। ਮੈਂ ਇੱਕ ਬੇਨਤੀ ਕਰਾਂ, ਚਲੋ ਸ਼ਾਹ ਕੀ ਸਮਝਾਉਣ ਲਈ ਹੁੰਦੀ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਅਗਨ ਸਾਗਰ ਬੂਢਤ ਸੰਸਾਰਾ ਗੁਰੂ ਉਤਾਰ ਸਕਦਾ ਹੈ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ, ਜਿਉਂ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ। ਮਹਾਰਾਜ ਕਹਿੰਦੇ ਨੇ, ਜੁਗ ਚਾਰੇ ਧਨ ਜੇ ਭਵੈ, ਜੇ ਇਨਸਾਨ ਤੂੰ ਕਿਸੇ ਜੰਮੇ ਸਮੇਂ ਵਿੱਚ ਵਿਚਰ, ਪਰ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ, ਸਤਿਗੁਰੂ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਨਹੀਂ। ਇਸ ਤੋਂ ਅਗਲਾ ਬਚਨ, ਕਿਹੜਾ ਪ੍ਰਭੂ? ਨਿਹਚਲ ਰਾਜ। ਇਹ ਸ਼ਬਦ ਹੈ ਨਿਹਚਲ। ਨਿਹਚਲ ਦਾ ਅਰਥ ਹੈ ਜੋ ਚਲਾਏ ਮਾਨ ਨਹੀਂ। ਰਾਜ ਦਾ ਅਰਥ ਕਰੀਏ ਹੁਕਮ ਜਾਂ ਰਾਜ ਭਾਗ, ਇਹ ਵੀ ਹੁਕਮ ਹੀ ਹੈ ਨਾ। ਨਿਹਚਲ ਰਾਜ ਸਦਾ ਹਰ ਘੇਰਾ, ਉਸ ਪਰਿਪੂਰਨ ਪਰਮਾਤਮਾ ਖਰੀ ਦਾ ਰਾਜ ਸਦਾ ਹੀ ਕਾਇਮ ਰਹਿਣ ਵਾਲਾ। ਤਿਸ ਬਿਨ ਅਵਰ ਨਾ ਕੋਈ ਰਾਮ, ਉਸ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਰਾਜ ਕਾਇਮ ਹੀ ਨਹੀਂ ਰਹਿੰਦਾ। ਹੁਣ ਇੱਥੇ ਇੱਕ ਦਾਸ ਬੇਨਤੀ ਹੋਰ ਕਰ ਜਾ, ਬੜੀ ਸਤਿਗੁਰੂ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਨੇ ਅਗਲੀ ਤੁਕ 'ਚ। ਆਮ ਤੌਰ 'ਤੇ ਨਾ ਬੰਦਾ ਰਾਜ ਭਾਗ ਦੇਖ ਕੇ ਪੈਂਤੜੇ ਬਦਲ ਜਾਂਦਾ ਜੇ, ਇਹ ਸੱਚਾਈ ਹੈ, ਆਹ ਦੁਨੀਆਂ ਦੀ ਰੀਤ ਹੈ। ਮਹਾਰਾਜ ਨੇ ਵੈਸੇ ਕਿਹਾ, ਜਿਸ ਕਾ ਰਾਜ ਤਿਸੀ ਕਾ ਸੁਪਨਾ, ਜਿਹਦਾ ਰਾਜ ਗੱਲਾਂ ਉਹਦੀਆਂ ਚੱਲਦੀਆਂ। ਪਰ ਇੱਕ ਮੈਂ ਬੇਨਤੀ ਕਰਾਂ, ਪਰਮਾਤਮਾ ਦੀ ਖੇਡ ਐਸੀ ਹੈ ਕਿ ਜਿਹੜੇ ਬੰਦੇ ਅੱਜ ਰਾਜੇ ਨੇ ਕਿਸੇ ਵੀ ਮੁਲਕ ਵਿੱਚ, ਕਿਸੇ ਆਪਾਂ ਕਿਸੇ ਪਾਰਟੀ ਨੂੰ ਟਾਰਗੇਟ ਬਣਾ ਕੇ ਨਹੀਂ, ਇਹ ਸਰਵਵਿਆਪਕ ਸੱਚਾਈ ਕਿ ਜਿਹਦਾ ਅੱਜ ਹੁਕਮ ਚੱਲਦਾ ਹੈ, ਕੱਲ੍ਹ ਨੂੰ ਉਹਦੇ ਹੁਕਮ ਨੂੰ ਮੰਨਣ ਵਾਲੀ ਉਹਨੂੰ ਹੱਥ ਕੜੀਆਂ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੰਦੇ। ਕੀ ਬਣ ਗਿਆ ਜੀ? ਕਹਿਣ ਲੱਗੇ, ਇਹਦੀ ਹਕੂਮਤ ਚਲੀ ਗਈ। ਸੱਚ ਇਹ ਵੇ ਕਿ ਬੰਦਾ ਅੱਜ ਰਾਜ 'ਤੇ ਬੈਠਾ, ਕੱਲ੍ਹ ਨੂੰ ਧਰਤੀ 'ਤੇ ਆ ਸਕਦਾ, ਪਰ ਵਾਹਿਗੁਰੂ ਦਾ ਰਾਜ ਐਸਾ ਹੈ ਕਿ ਯੁੱਗਾਂ ਦੇ ਪਲਟੇ ਆ ਸਕਦੇ ਨੇ, ਪਰ ਰਾਜ ਰੱਬ ਦੇ ਰਾਜ ਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ। ਸਤਿਗੁਰੂ ਦੀ ਬਾਣੀ 'ਚ ਇੱਕ ਪਵਿੱਤਰ ਬਚਨ ਆਉਂਦਾ, ਹਜ਼ੂਰ ਨੇ ਫਰਮਾਇਆ, ਇੱਕ ਇਨਸਾਨ ਜਿਹਦੇ ਨਾਂ 'ਤੇ ਨਗਾਰੇ ਵੱਜਦੇ ਸਨ। ਚਲੋ ਅੱਜ ਤਾਂ ਚੇਂਜ ਹੋ ਗਿਆ ਨਾ ਕੰਮ, ਹੂਟਰ ਵੱਜਦਾ, ਕਿਸੇ ਪ੍ਰਾਈਮ ਮਿਨਿਸਟਰ ਨੇ ਆਉਣਾ ਹੋਵੇ, CM ਨੇ ਆਉਣਾ ਹੋਵੇ, ਪ੍ਰੈਜੀਡੈਂਟ ਨੇ ਆਉਣਾ ਹੋਵੇ, ਉਦੋਂ ਅੱਗੇ ਨਗਾਰੇ ਵੱਜਦੇ ਹੁੰਦੇ ਸਨ। ਅੱਗੇ ਅੱਗੇ ਨਗਾਰੇ ਵੱਜਦੇ ਨੇ, ਬਾਦਸ਼ਾਹ ਪਧਾਰ ਰਹੇ ਹੈ। ਉਸ ਤੋਂ ਬਾਅਦ ਪਿੱਛੇ ਪਿੱਛੇ ਜਿਹੜੇ ਨੇ ਰਾਜੇ ਦੇ ਅਹਿਲਕਾਰ, ਉਹਦੇ ਫੌਜੀ, ਉਹਦੇ ਅਰਦਲੀ, ਉਹਦੇ ਬਾਡੀਗਾਰਡ ਤੁਰੇ ਆਉਂਦੇ ਨੇ, ਅਤੇ ਜਦੋਂ ਰਾਜਾ ਆਇਆ ਉਹਦੇ ਸਿਰ ਦੇ ਉੱਤੇ ਸੋਨੇ ਦਾ ਛਤਰ। ਆ ਪਹੁੰਚਿਆ ਦਰਬਾਰ 'ਚ, ਜਿੰਨੇ ਉਹਦੇ ਕਵੀ ਸਨ ਉੱਠ ਕੇ ਖਲੋ ਕੇ ਸਿਫਤਾਂ ਕਰਨ ਲੱਗ ਪਏ। ਰਾਜੇ ਦੀਆਂ ਜਾਂ ਪਨਾ, ਹਰ ਦੋ ਆਲਮ, ਪਰਜਾ ਪਾਲਕ, ਰਿਜ਼ਕ ਦਾਤਾ। ਬਾਬਾ ਜੀ ਕਹਿੰਦੇ ਨੇ ਵੀ ਵਾਕਈ ਬੜੀ ਮੌਜ ਬੰਦੇ ਦੀ। ਇਹ ਬਾਬਾ ਫਰੀਦ ਸਾਹਿਬ ਦਾ ਸਲੋਕ ਮੈਂ ਕਹਿਣ ਲੱਗਾ। ਉਹੀ ਰਾਜਾ ਜਦੋਂ ਮੌਤ ਹੋਈ, ਕੋਈ ਨਗਾਰਾ ਵਜਾ ਕੇ ਨਹੀਂ ਕਹਿੰਦਾ ਰਾਜਾ ਪਧਾਰ ਰਿਹਾ ਹੈ, ਕੋਈ ਸੋਨੇ ਦਾ ਛਤਰ ਨਹੀਂ ਉਹਦੇ ਉੱਤੇ ਰੱਖਦਾ ਪਿਆ। ਬਾਬਾ ਜੀ ਕਹਿੰਦੇ ਨੇ, ਉਹ ਦੇਖੋ ਜਿਹੜਾ ਸਾਰੀ ਧਰਤੀ ਦਾ ਰਾਜਾ ਖਵਾਉਂਦਾ ਸੀ, ਅੱਜ ਮਿੱਟੀ ਵਿੱਚ ਇਸ ਤਰ੍ਹਾਂ ਦੱਬ ਦਿੱਤਾ ਜਿਵੇਂ ਯਤੀਮ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਕਹਿੰਦੇ ਕਿੱਥੇ ਗਿਆ ਇਹਦਾ ਰਾਜ? ਗੁਰੂ ਗ੍ਰੰਥ ਸਾਹਿਬ ਦਾ ਸ਼ਲੋਕ ਹੈ ਜੀ ਕਿ ਪਾਸ ਦਮਾਮੇ ਛੱਤ ਸਿਰ, ਪਾਸ ਦਾ ਅਰਥ ਕੋਲ,
ਨਗਾਰੇ ਕੋਲ ਪਏ ਨੇ ਪਰ ਵਜਾਉਣ ਵਾਲਾ ਕੋਈ ਨਹੀਂ ਕਿਉਂਕਿ ਰਾਤ ਚਲਾ ਗਿਆ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ ਜਾਏ ਸੁੱਤੇ ਜੀਰਾਨ ਮੇ ਥੀਏ ਅਤੀਮਾ ਗੱਡ। ਇਹਨੂੰ ਉਰਦੂ ਦੇ ਇੱਕ ਵਿਦਵਾਨ ਨੇ ਲਿਖਿਆ ਹੈ ਕਿ ਬਰਸੋਂ ਰਹਾ ਜਿਨ ਕੇ ਸਰ ਪੇ ਛਤਰੇ ਜ਼ਰੀ ਤੁਰਬਤ ਪੇ ਉਨਕੀ ਨਾ ਸ਼ਮਿਆ ਨਾ ਦੇਖਾ। ਜਿਨ੍ਹਾਂ ਦੇ ਸਿਰ ਤੇ ਸਦਾ ਕਲਸ਼ ਝੁਲਦੇ ਸਨ ਅੱਜ ਉਹਨਾਂ ਦੀ ਕਬਰ ਉੱਤੇ ਸੱਚੀ ਗੱਲ ਧੁੱਪ ਵਿੱਚ ਕੋਈ ਸ਼ਮਿਆਨਾ ਲਾਉਣ ਨੂੰ ਵੀ ਤਿਆਰ ਨਹੀਂ। ਮਹਾਰਾਜ ਕਹਿੰਦੇ ਜੇ ਤੂੰ ਰਾਜ ਦੇਖ ਕੇ ਝੁਕਣਾ ਵੀ ਜਿਹਦਾ ਰਾਜ ਅਸਾਂ ਤਾਂ ਉਹਦੇ ਨਾਲ ਹੀ ਜਾਣਾ, ਫਿਰ ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੋ ਦਾ ਰਾਜ ਕਦੀ ਜਾਣਾ ਹੀ ਨਹੀਂ। ਕੋ ਖਾਸ ਸਮਾਨ ਨਹੀਂ ਰਾਜਾ ਇਹ ਭੂਵਤ, ਆਹ ਜਿਹੜੇ ਦਿਸਦੇ ਪਏ ਨੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੀਵਾਜਾ। ਮੈਂ ਬੇਨਤੀ ਕਰਾਂਗਾ ਜਾਂ ਕਹਿ ਵਸ ਖਾਨ ਸੁਲਤਾਨ ਨੇਚਰ ਰਾਜ ਸਦਾ ਹਰ ਕੇਰਾ, ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀਂ ਕੋਈ ਨੇਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ। ਉਹਦੇ ਤੋਂ ਬਿਨਾਂ ਦੂਜਾ ਕੌਣ ਹੈ, ਤਿਸ ਬਿਨ ਅਵਰ ਨਾ ਕੋਈ, ਕੋਈ ਨਹੀਂ ਪਰਮਾਤਮਾ ਤੋਂ ਬਿਨਾਂ ਸਥਿਰ ਰਹਿਣ ਵਾਲਾ। ਸਦਾ ਸੱਚ ਸੋਈ ਸਦਾ ਰਹਿਣ ਵਾਲਾ ਪ੍ਰਭੂ ਗੁਰਮੁਖ ਏਕੋ ਜਾਣਿਆ, ਗੁਰੂ ਦੇ ਚਰਨਾਂ 'ਚ ਗੁਰੂ ਦੇ ਸਨਮੁਖ ਹੋ ਕੇ ਇੱਕ ਨੂੰ ਸਮਝਿਆ। ਧਨ ਪਿਰ ਮੇਲਾਵਾ ਹੋਵਾ, ਪਿਰ ਦਾ ਅਰਥ ਪਰਮਾਤਮਾ ਪਤੀ, ਧਨ ਦਾ ਅਰਥ ਹੈ ਆਤਮਾ। ਇਸ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਇਆ, ਗੁਰਮਤੀ ਮਨ ਮਾਨਿਆ। ਜਦੋਂ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ ਤੇ ਮਨ ਮੰਨ ਗਿਆ, ਕਿਉਂਕਿ ਮਨ ਤੋਂ ਬਿਨਾਂ ਗਿਆਨ ਨਹੀਂ ਸੀ ਹੋਣਾ। ਸਤਿਗੁਰੂ ਮਿਲਿਆ ਤਾਂ ਹਰ ਪਾਇਆ, ਸਤਿਗੁਰੂ ਮਿਲਿਆ ਤਾਂ ਪ੍ਰਭੂ ਮਿਲਿਆ। ਮਹਾਰਾਜ ਕਹਿੰਦੇ ਨੇ ਬਿਨ ਹਰ ਨਾਮ ਹੈ ਮੁਕਤ ਨਾ ਹੋਈ, ਨਾਮ ਤੋਂ ਬਿਨਾਂ ਇਨਸਾਨ ਕੋਈ ਮੁਕਤ ਨਹੀਂ ਹੁੰਦਾ। ਨਾਨਕ ਕਾਮਣ ਕੰਤੇ ਰਾਵੈ, ਕਾਮਣ ਦਾ ਅਰਥ ਇੱਥੇ ਜੀਵ ਇਸਤਰੀ, ਕੰਤੇ ਦਾ ਅਰਥ ਹੈ ਪਰਮਾਤਮਾ, ਰਾਵੇ ਦਾ ਅਰਥ ਹੁੰਦਾ ਭੋਗਣਾ, ਮੰਨਣਾ, ਮਿਲਾਪ ਹਾਸਲ ਕਰਨਾ, ਤਦਰੂਪਤਾ ਆ ਜਾਣੀ, ਅਭੇਦਤਾ ਆ ਜਾਣੀ। ਮਹਾਰਾਜ ਕਹਿੰਦੇ ਨੇ ਕਾਮਣ ਨੇ ਜੀਵ ਇਸਤਰੀ ਨੇ ਪਰਮਾਤਮਾ ਨੂੰ ਮਾ ਪਾ ਲਿਆ, ਮਨ ਮਾਨਿਆ, ਸੁੱਖ ਹੋਈ। ਜਿਹਦੇ ਮਨ ਵਿੱਚ ਰੱਬ ਦਾ ਨਾਮ ਟਿਕ ਗਿਆ, ਮੰਨਣ ਵਾਲੇ ਨੂੰ ਪੀਸ ਆਫ ਮਾਇੰਡ, ਆਤਮਾ ਦੇ ਸੁੱਖ ਦੀ ਪ੍ਰਾਪਤੀ ਹੋਈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਦਾਸ ਕੱਲ੍ਹ ਆਉਣਾ ਸੀ, ਪ੍ਰਬੰਧਕ ਵੀਰਾਂ ਤੋਂ ਸੰਗਤ ਤੋਂ ਜ਼ਰੂਰ ਖਿਮਾ ਕਰੇਗਾ ਕਿਉਂਕਿ ਸਰੀਰ ਖੇਦ ਵਿੱਚ ਸੀ। ਅੱਜ ਆਪ ਜੀ ਦੇ ਦਰਸ਼ਨ ਹੋਏ, ਮੈਂ ਯਤਨ ਕਰਾਂਗਾ ਕਿ ਅਪ੍ਰੈਲ ਦੇ ਮਹੀਨੇ ਵਿੱਚ ਕੁਝ ਸਮਾਂ ਕੱਢ ਕੇ ਜ਼ਰੂਰ ਤੁਹਾਡੇ ਦਰਸ਼ਨ ਕਰਾਂ, ਕਿਉਂਕਿ ਪ੍ਰਬੰਧਕ ਵੀਰਾਂ ਵੱਲੋਂ ਬਹੁਤ ਵਾਰੀ ਕਿਹਾ ਗਿਆ, ਜਿਵੇਂ ਭਾਈ ਸਾਹਿਬ ਹੋਣਾ ਨੇ ਵੀ ਕਿਹਾ ਹੈ, ਜ਼ਰੂਰ ਮੈਨੂੰ ਖਿਮਾ ਕਰਿਓ। ਅੱਗੋਂ ਬਹੁਤ ਸਮਾਂ ਤੁਹਾਡੇ ਦਰਸ਼ਨ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤ ਸੰਗਤ ਜੀਓ, ਸਤਿਕਾਰਯੋਗ ਗਿਆਨੀ ਜੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ